ਉਹ ਮਰ ਜਾ ਤੇਰਾ ਇਸ ਉਮਰੇ ਕਿੱਥੇ ਵਿਆਹ ਹੁੰਦਾ ਸੀ ਮਿੰਨਤਾ ਕਰ ਕਰ ਕੇ ਇਹਦੇ ਨਾਲ ਵਿਆਹ ਕਰਾਇਆ ਤੇਰਾ ਇਹਦੀ ਮਾਂ ਕਿੱਥੇ ਮੰਨਦੀ ਸੀ ਆ ਮੇਰੇ ਕਰਕੇ ਹੋਇਆ ਇਸ ਉਮਰ 'ਚ ਤੈਨੂੰ ਕੋਈ ਕੁੜੀ ਤਾਂ ਕੀ ਤੈਨੂੰ ਤਾਂ ਕੋਈ ਕੁੱਤੇ ਨਹੀਂ ਦਿੰਦਾ ਸੀ ਲੈ ਹੁਣ ਇੱਕ ਤੇ ਲੈ ਕੇ ਚਲਾ ਜਾਈਂ ਆਪਣੀ ਜ਼ਮੀਨ ਠੀਕ ਆ ਤੈਨੂੰ ਮੈਂ ਦੱਸੂ ਹੁਣ ਸਰ ਮੇਰੀ ਗੱਲ ਸੁਣੋ ਪਠਾਣੇ 'ਚ ਹੋਰ ਬੰਦੇ ਬੜਾ ਰਹਿੰਦੇ ਦੋ ਜਣੀ ਆ ਗਏ ਕੀ ਪਤਾ ਸੇ ਕਿੰਨਾ ਕਿ ਚੌਣਾ ਹੋਊਗਾ ਆਪਾਂ ਨੂੰ ਫੜ ਕੇ ਢਾ ਲੈਣਗੇ ਉਹ ਐਡੀ ਕੀ ਕੋਈ ਚੌਣਾ ਚੂਣਾ ਨਹੀਂ ਹੈਗਾ ਜਿਹੜਾ ਐਡੇ ਕਿੱਡੇ ਕਿ ਅਸੀਂ ਗੈਂਗਵਾਰ ਬੰਦੇ ਆ ਜਿਸ ਤਾਂ ਖੇਤੀਬਾੜੀ ਵਾਲੇ ਬੰਦੇ ਆਗੇ ਜੀ ਕੋਈ ਨਹੀਂ ਹੈਗਾ ਜੀ ਉੱਥੇ ਪਰ ਜਨਾਨੀ ਹੋ ਸਕਦੀ ਹੈ ਮੈਂ ਪਹਿਲਾਂ ਜਾ ਕੇ ਦੇਖਣਾ ਤੁਸੀਂ ਉਰੇ ਖੜ ਜਾਓ ਜੀ ਮਰੂ ਮੇਰੇ ਸੜੇ ਦੇ ਸਾੜੇ ਤੇ ਰਖੜਾ ਚੱਲ ਮੈਂ ਦੱਬ ਕੇ ਤੁਹਾਡੇ ਨਾਲ ਲੇਡੀ ਸਟਾਫ ਹਾਂ ਚੜ ਲੋ ਚੁਰਨੋ ਹੋਰਾ ਹੋ ਸਕਦੀਆਂ ਨੇ ਜੀ ਉਧਰ ਚੱਲ 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 ਦੱਬ ਕੇ ਚੱਲ ਦਰਪਾ ਖੜਾ ਇਹ ਸਾਰਾ ਬਹਾਨੇ ਜੇ ਕੀ ਬਣਾਉਂਦਾ ਹੈਗਾ ਆਮਾ ਮੈਂ ਕਿੱਥੇ ਤੁਰਦਾਗਾ कोई परिवार नू मेरे साले कामा गाटा मारू दी लड़ाई च शहीद हो गया आपां बणिया परिवार दा तेरा जीजा साले जिंदा जागदा दा तेरे सामने है आ कोई नवा ड्रामा शुरू कर लिया ने लै उल्टियां ता देख की मैं कर दी आ जिवें हुणे कोई सूरमा जम दूगी हले चार दिन होए नहीं आई नू लंडर किसे थां दी आंदे ही घर कुआं ते इन्हें तां ड्रामे दी भी हद होंदी तड़की भाई चिड़ी नहीं तू तां बोलण दिंदी हैगी है तड़की लग जानी है गला कढ़ना माड़ी मोटी संग शर्म कर लै भाई तड़की तड़के रब दा नां लै करो मैं केड़ा तड़का 12 बजे होए ने टाइम देखिया जफ्फियां पा के पिया रहिंदा तैनूं कित्थे सुरता क्यों जफ्फियां पाऊनी मैं की मुल दी लेके आया सेरे ना बह के लेके आया मैं शर्म कर भाई तेरा थाने च रुलदा ओनू जाके छड़ा लिया अब दे लछरी रुलूगा भाई हैं लछन मारे ने सब किते जाऊगा थाने दी भी जाऊगा जेला दी भी जाऊगा एमे किवें जाऊगा ओ तो बड़ा कहंदा सीगा मेरी अम्मा जाया इको टिड्डो जाए आ मैं मेरा भाई तूता ता चल तेरा नहीं लगदा कुछ अब कट्टो कट अपने भाई दा ता सोच ला ओ मैं ता मेरे भाई दा बथेरा सोचदा सी बथेरा मैं ता कहंदा सी हैगा दी मेरा अम्मा जाई पर जदों दी बेवा तू आई है ना मेरे भाई नु मगर ला लिया ना मैं की कहा ओनू कट तो आनी जड़ी लंडर ब्याह के ना कुछ नहीं देने दे पल्ले छड्डे ही कुछ नहीं दे पल्ले हैं मजे लक्षण तो नहीं करदी थाने च तो नहीं चकाया किसे नु थाने च चकाया तोडे लक्षण करके लक्षण तेरे करदी थी बथेरे लक्षण करदी तू लक्षण ते कट नहीं करदे ने हैं इक आ लंडर जी आ गई इथे लंडर आ के ब्याह के लंदी है खबरदार जे लंडर कहे मेरी बहू नु जी ने आंदे रे पुआड़े पुआते तू लंडर है अनपढ़ ਸਾਰਾ ਖਾਣ ਦਾ ਨਹੀਂ ਉਹ ਜਿਆ ਤੁਸੀਂ ਤਾਂ ਜਿਆਦਾ ਬਕਵਾਸ ਨਾ ਕਰ ਮੇਰੇ ਨਾਲ ਤੇਰੀ ਮਾਂ ਨੇ ਤਾਂ ਦੋ ਦੋ ਵਿਆਹ ਕਰਾਏ ਸੀਗੇ ਨਹੀਂ ਤੇਰਾ ਤਾਂ ਪਹਿਲਾਂ ਵੀ ਮਰ ਗਿਆ ਆ ਜਿਹੜੇ ਤੇਰੇ ਲੱਛਣ ਹੈ ਨਾ ਇਹਨਾਂ ਨਹੀਂ ਮਾਰਿਆ ਆ ਵੀ ਮਰੂਗਾ ਕੰਜਰ ਕਿਉਂ ਮਰੂਗਾ ਹੁਣ ਮੈਨੂੰ ਪਤਾ ਲੱਗਿਆ ਮਰੂਗਾ ਜਰਦੀ ਨਹੀਂ ਹੈਗੀ ਹੁਣ ਮੈਨੂੰ ਪਤਾ ਲੱਗਿਆ ਆ ਬੁੱਢੇ ਨਾਲ ਖਾਣੋਂ ਵਿਆਹ ਕਰਾਇਆ ਬਰਦਾਸ਼ਤ ਨਹੀਂ ਹੁੰਦਾ ਆ ਬੁੱਢੇ ਨਾਲ ਖਾਣੋਂ ਵਿਆਹ ਕਰਾ ਕੇ ਆਈਆਂ ਵੀ 4 ਦਿਨਾਂ ਨੂੰ ਤਾਂ ਮਰ ਜੂਗਾ ਜ਼ਮੀਨ ਜਾਇਦਾਦ ਅੱਛਾ ਤੈਨੂੰ ਜ਼ਮੀਨ ਦਾ ਪਿੱਛੇ ਨਹੀਂ ਹੈਗੀ ਹੁਣ ਆਈ ਬਿੱਲੀ ਥੈਲੇ ਬਾਰੇ ਜ਼ਮੀਨ ਦੇ ਪਿੱਛੇ ਪਈ ਹੋਈ ਆ ਜ਼ਮੀਨ ਦੇ ਪਿੱਛੇ ਤਾਂ ਤੁਸੀਂ ਦੋਵੇਂ ਜੀ ਪਏ ਹੋਏ ਹੋ ਠੀਕ ਹੈ ਆ ਜੋ ਭਰਾ ਤੋਂ ਲੱਛਣ ਕਰਵਾਨੀ ਆ ਮਾੜੀ ਮਾੜੀ ਸ਼ਰਮ ਨਹੀਂ ਇਹੋ ਜੀ ਕਰਤੂਤ ਦੀ ਮਾਰ ਕਾ ਥਾਈ ਖੜਾਲਾ ਲਾਲ ਗੋਦੀ ਹੈ ਤੇਰੇ ਕੀ ਹੋ ਗਿਆ ਮੈਂ ਤਾਂ ਕਹਿੰਦੀ ਆ ਤੇ ਕੰਜਰੀ ਦੇ ਜਿਹੜਾ ਹੋਵੇ ਹੁੰਦਾ ਹੀ ਮਰ ਜਾਏ ਢਿੱਡ 'ਚ ਹੀ ਮਰ ਜਾਏ ਤੇਰਾ ਮਰੇ ਤੇਰਾ ਖਸਮ ਮਰੇ ਸ਼ਰਮ बोलन तो मना करया होया बोलना ज्यादा ਕਹਿੰਦੇ ਜੇ ਇੱਕ ਮਾੜੀ ਮੋਟੀ ਸੁੱਖ ਸੁਨੇਹਾ ਹੋਇਆ ਜਵਾਬ ਤੇ ਮਾੜਾ ਅਸਰ ਪੈਂਦਾ ਤੂੰ ਅੰਦਰ ਜਾ ਇਹਦਾ ਮਾਫੀ ਨਿਪਟ ਲੈਣਾ ਮੈਂ ਤੁਹਾਡੇ ਸਾਹਮਣੇ ਮੈਂ ਕਦੋਂ ਬੋਲਦੀ ਆ ਕੰਮ ਕਰਨਾ ਤੂੰ ਆਰਾਮ ਕਰ ਲੈ ਜੂਸ ਪੀ ਲੈ ਜਾ ਕੇਂਦਰਾ ਉਹਦਾ ਮਰੂਦਾਂ ਦਾ ਜੂਸ ਪੀ ਲਾ ਭਾਈ ਡੂੰਕ ਰਾ ਜ਼ਹਿਰ ਨਾ ਪਲਾਦਾ ਤੁਹਾਨੂੰ ਮੈਂ ਤੂੰ ਚੌਣੀ ਕੀ ਆ ਭਾਈ ਪਹਿਲਾਂ ਇਹ ਦੱਸ ਮਾੜੀ ਮੋਟੀ ਸ਼ਰਮ ਕਰ ਲੈ ਵਗ ਜਾ ਆਪਣੇ ਭਾਈ ਕੋਲ ਕਿਉਂ ਸ਼ਰਮ ਨੂੰ ਕੀ ਮੈਂ ਤੈਨੂੰ ਹੱਥ ਪਾ ਲਿਆ ਹੈ ਹੱਥ ਪਾ ਲਿਆ ਕਸਰ ਕਿਹੜੀ ਆ ਮੈਂ ਹੀ ਲੈ ਗਈ ਮੈਨੂੰ ਵਿੱਚ ਪਾ ਦੋ ਥਾਣੇ ਨੂੰ टूने तय करे है सब कुछ मेनू पता तू जिते सियाने को काले अलमाने को मेरे तो बीबी का ब्याह ना हो जमीन जाए तो मैं सामना
ਮੈਂ ਸ਼ਰਮ ਕਰ ਲਾ ਚੁੰਨੀਆਂ ਨਾਲ ਧਾਗੇ ਤਾਂ ਤੂੰ ਬੰਨਦਾ ਰਹਾ ਕਦੇ ਕਿਸੇ ਦੇ ਕਦੇ ਕਿਸੇ ਦੇ ਮੈਂ ਤਾਂ ਕੋਈ ਨਹੀਂ ਚੁੰਨੀਆਂ ਨਾਲ ਧਾਗੇ ਬੰਨੇ ਉਹ ਤੇਰੀ ਭੈਣ ਦੀ ਮੇਰੇ ਮਗਰ ਪਈ ਸੀ ਕਹਿੰਦੀ ਜੇ ਰਿਸ਼ਤਾ ਕਰਾਉਣਾ ਭਾਗ ਸੇ ਤੇਰੇ ਨਾਲ ਕਰਾਉਣਾ ਕੋਈ ਦੀ ਤੇਰੇ ਮਗਰ ਬੜੀ ਕਬੱਡੀ ਖੇਡਦਾ ਰਹਾ ਭੈਣ ਪੈ ਜੂਗੀ ਤੇਰੇ ਮਗਰ ਓਏ ਕਬੱਡੀਆਂ ਬਹੁਤ ਖੇਡੀਆਂ ਨੇ ਜੇ ਤੈਨੂੰ ਨਹੀਂ ਦੇਖੀਆਂ ਕਿ ਲੋਕਾਂ ਨੂੰ ਤਾਂ ਪਤਾ ਹੀ ਹੈ ਬੈ ਹੁਣ ਤਾਂ ਤੇਰੇ ਤੋਂ ਸਿੱਧਾ ਵੀ ਨਹੀਂ ਤੁਰਿਆ ਜਾਂਦਾ ਲੱਗਦਾ ਕਬੱਡੀ ਦਾ ਦਸ ਭੜ ਪਏ ਨੇ ਤੇਰੀਆਂ ਲੱਤਾਂ 'ਚ ਸੌਰਾ ਕਿਸੇ ਥਾਂ ਦਾ नमस्कार दोस्तों, आगे बढ़ने से पहले मैं आपको एक ट्रस्टेड ब्रांड लोटस 365 के बारे में बताना चाहता हूं, जिनके ब्रांड एम्बेसडर हैं नवाबुद्दीन सदीकी, उर्वशी रुटेला, काजल अग्रवाल। ये सबसे पुराने गेमिंग में से एक है जो कि 2015 से भारत में एक्टिव है। यहां पर आपको फुटबॉल, टेनिस, क्रिकेट की लाइव अपडेट मिलती है। यहां आप 1000 से भी ज़्यादा लाइव गेमिंग खेल सकते हैं और लाखों रिवॉर्ड जीत सकते हैं। इस प्लेटफॉर्म पर आपको सबसे बेस्ट ऑफर और प्रमोशंस भी मिलते हैं। साथ ही सबसे अच्छी बात है, यहां पर आपको 7 1-to-1 कस्टमर भी मिलते हैं। तो आप किसका इंतजार कर रहे हैं? अभी खेलें और जीतें आईफोन 13, रॉयल एनफील्ड, सैमसंग गैलेक्सी S22 अल्ट्रा जैसे एग्जिस्टिंग गिव अवे के साथ बोनस ऑफर का लाभ उठाएं। तो लिंक नीचे डिस्क्रिप्शन में है। थैंक यू। ओ लकड़ा लेके अग जी कट की मड़ जी। आ गया ओए लाए कर बोतलां दा जगाड़ कर रहे था भरतियां मतलब भांडा भांडा भरता मैं तां बाबे मिर्गपुरी दे चढ़ के हुंदो बोतलां ऐ कर लकड़ा तां हो गया चले तां बोतलां ना कर भाई बन के कितना टाइम लगू जी चरण होए टोले गंडला गुंडला तोड़ ले सानू तां टाइम लगू तेरे मासियां मैं वो गया ही तेरे सारे ओ दिन ही नजायज काम करी जन्ने ओए ਨਾ ਤੈਨੂੰ ਕਿਸੇ ਦਾ ਡਰ ਹੀ ਨਹੀਂ ਅਸਨੇ ਹੀ ਪੱਠੇ ਚੜਾ ਰੱਖੇ ਤੂੰ ਅਸੀਂ ਤਾਂ ਜੀ ਪੀਣ ਵਾਸਤੇ ਕੱਢੀ ਅਸੀਂ ਕਿਹੜਾ ਵੇਚਦੇ ਆ ਮੈਂ ਸਾਰੇ ਪੀਣ ਵਾਸਤੇ ਕੱਢਦੇ ਨੇ ਨਹਾਉਂਦਾ ਕਿਹੜਾ ਕੰਜਰੇ ਦੇ ਨਾਲ ਵੱਡੇ ਬਲਦ ਟੱਠੇ ਦੀ ਸੌਂ ਲੱਗੇ ਜੀ ਮੈਂ ਝੂਠ ਨਹੀਂ ਬੋਲਦਾ ਹੈਗਾ ਦੇਖ ਦੇਖ ਭੈਣ ਦਾ ਖਸਮ ਕਿਵੇਂ ਨਾਟਕ ਕਰਦਾ ਜਦੋਂ ਫੜਿਆ ਗਿਆ ਤੇਰਾ ਜੁੰਡੀ ਦਾ ਯਾਰ ਵੀਰਾ ਕਿੱਥੇ ਹੋਵੇ ਵੀਰਾ ਇਹ ਦਰੂਏ ਲੰਗੇ ਹੋ ਜਾਂਦਾ ਜੇ ਹੋ ਜਾਂਦਾ ਹੋ ਦੇਖੋ ਮਾਰ ਮਾਰ ਉਹਨੂੰ ਓ ਵੀਰੇ ਤੁਸੀਂ ਮਾਰ ਲਓ ਜੀ ਮਾਰ 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 ਤੇਰਾ ਜੁੰਡੀ ਦਾ ਯਾਰ ਹੈ ਮਾਰ ਜੁੰਡੀ ਦਾ ਯਾਰ ਆ ਤੂੰ ਬੁਲਾ ਓ ਵੀਰੇ कंजरी मेनू बदसीसा दिंदी पई है ना इहदियां बदसीसा कदे चवारे ना टा देनो है आप तो कुछ जम नहीं सकी आप तो इस घर नू वारिस दे नहीं सकी चल आप की लेना है अपना परमात्मा सुन लिया अपने घर न्याणा हो जाए ये मेरे साल का तो की लेना है अपनी जमीन का मालिक हो जूगा जूगा तुम ना हाथ बन्ने ठीक है इन्हों दे दो जमीन मैनू कुछ नहीं चाहिए ऐ उ जमीन दे दो अरे मैं जमीन के कागज तक नाल नहीं फिर रजिस्ट्रियाँ देखा इधर देखा लै ल देखा आ लै आड पर नोट पे ने आ जमीन की उपरली रजिस्ट्री है आ देखा आड़ती जो पैसे रखे ने मेरे हैं 10 साल रखे ने मैं तेनू वारस बना दा आड़ती कल कह के मैं भाई मेरे घरवाली वारस बना दी तुसी सारा कुछ मेरे नाम करता ओए भैन दे करना ही है हुण तू मालक ना बड़ी है तू हैं इन्हां दे कहे तो मैं कदे होर ना कुछ करदा अरे मेरी गल सुन आपां तां 4 दिन हुण घुम्मण जांदे आं बाहर इन्हां मेरे साल दी कुट कुट के लफाफे वर्गी कर देणगे अड़की लंघ जांगे शिमले आपां छड़ा की लिया मेरे साल फिर गया बरौले पौधी फिरी जाते इतने है वो तो वैसे भी नहीं डिपार्टमेंट ने छड़ना इतने भैं तो यार 10 बजे लग गई भांडे खड़का फिर शिमले जावे भैं जफ्फी पा के पवेंगे नाले खेडा गुल्ली डंडा उ
ਉੱਤੇ ਗੁੱਲੀ ਡੰਡਾ ਨਹੀਂ ਖੇਡਦੇ, ਉੱਥੇ ਰੀਲਾਂ ਬਣਦੀਆਂ ਨੇ। ਓਏ ਭਾਈ, ਅਸੀਂ ਤਾਂ ਪਿੰਡ ਵਾਲੇ ਗੁੱਲੀ ਡੰਡੇ ਖੇਡਦੇ ਹੁੰਦੇ ਆ। ਨਹੀਂ, ਤੁਸੀਂ ਬਹੁਤ ਭੋਲੇ ਹੋ। ਬਸ ਨਹੀਂ ਹੁੰਦਾ, ਮੇਰੀ ਗੱਲ ਸੁਣ। ਨਾਲੇ ਜਿਹੜਾ ਜਵਾਕ ਹੋਣ ਵਾਲਾ ਭਾਵੇਂ ਤਾਂ ਪਹਾੜਾਂ 'ਚ ਜਾ ਕੇ ਖੁਸ਼ ਹੋ ਜੂ, ਬੜਾ ਮੋਟਾ ਸੋਹਣਾ ਜਿਹਾ ਜੰਮਿਆਊਗਾ। ਹਜੇ ਇੱਕ ਵਾਰੀ ਕੰਫਰਮ ਕਰ ਲਈਏ ਡਾਕਟਰ ਦੇ ਜਾ ਕੇ। ਆਪਾਂ ਸਵੇਰੇ ਜਦ ਜਾਵਾਂਗੇ ਤਾਂ ਰਸਤੇ 'ਚ ਜਾਂਦੇ ਡਾਕਟਰ ਨੂੰ ਚੈੱਕ ਕਰਾਂਗੇ। ਆਹੋ, ਆ ਸਾਡੇ ਸੁਨਾਮ ਹੈਗਾ ਬਿਰਜਵਾਲਾ, ਬੜੀ ਸਿਆਣੀ ਡਾਕਟਰ ਨਹੀਂ ਹੈ। ਹੈਂ, ਦਿਖਾ ਦਾਂਗੇ ਆਪਾਂ ਇੱਕ ਵਾਰੀ, ਅਲਟਰਾ ਉਲਟਰਾ ਜਿਹੜੇ ਦੀ ਸਾਊਂਡ ਸੂਡ ਜੀ ਹੁੰਦੇ ਨੇ ਉਹ ਕਰਾ ਲਿਆਵਾਂਗੇ। ਆਪਾਂ ਚੰਡੀਗੜ੍ਹ ਦਿਖਾ ਲਾਂਗੇ। ਆਹੋ, ਹੁਣ ਤੂੰ ਐਂ ਕਰ, ਜੂਸ ਚਾਹ ਪੀ ਲੈਣੇ ਕਿਹਾ ਤੂੰ, ਇਹਦੇ ਵਾਲਾ ਅਮਰੂਦਾਂ ਵਾਲਾ, ਸਮਝ ਗਈ? ਹੈਂ, ਠੀਕ। ਇਹਦੇ ਮੂੰਹ ਜਿਹਾ ਨਾ ਲੱਗੀ ਬਾਹਲਾ, ਉਹਦੇ ਭੈਣ ਨਹਾ ਧੋ ਕੇ ਅੰਦਰ ਪੈ ਜਾ, ਮੂਹਰੇ ਆਉਂਦੇ ਨੇ ਗਰਮੀਆਂ, ਮੈਂ ਤੈਨੂੰ ਉਹ ਠੰਡੀ ਹਵਾ ਲਵਾ ਦੂੰਗਾ। ਕੀ ਹੁੰਦਾ ਉਹ ਕੰਜਰ ਦਾ? ਏਅਰ ਕੰਡੀਸ਼ਨ, ਜਿਹੜਾ ਮਰਜ਼ੀ ਆ ਉਹ ਏਸੀ ਉਸੀ ਜਾ ਕਹਿੰਦੇ ਨੇ ਨਾਲੇ। ਹੁਣ ਤੁਸੀਂ ਨਾ ਇਹਦੇ ਮੂੰਹ ਨਾ ਲੱਗਣਾ ਚੜੇਲ ਜੀ। ਉਹ ਮੈਂ ਕਾਹਨੂੰ, ਮੈਂ ਤਾਂ ਖੇਤ ਮੋਟਰ ਦੇ ਗੇੜਾ ਦੇ ਕੇ ਆਉਂਦਾ, ਇੱਥੇ ਕੱਖਾਂ ਵਾਲੀ ਆ ਜਾਂਦੇ ਨੇ ਕਈ ਵਾਰੀ। ਨਾਲੇ ਮੇਰੀ ਗੱਲ ਸੁਣਦਾ, ਤੈਨੂੰ ਭੜਕਾ ਸਕਦੀ ਆ ਇਹ, ਵੀ ਇਹ ਬਾਹਰ ਚਰਨੋ ਚੁਰਨੋ ਆ ਨਾ ਧੱਕੇ ਖਾਂਦਾ। ਮੈਂ ਚਰਨੋ ਆ, ਮੇਰਾ ਕੋਈ ਲੱਲਾ ਕੱਖਾ ਨਹੀਂ, ਚਰਨੋ ਵਾਲਾ ਲੱਲਾ ਕੱਖਾ ਵੀ ਰੇਤ ਹੈ। ਮੈਨੂੰ ਪਤਾ ਤੁਸੀਂ ਬਹੁਤ ਭੋਲੇ ਹੋ। ਇੱਥੇ ਹੱਥ ਜਿਹਾ ਨਾ ਰੱਖਿਆ ਕਰ, ਭੈਣ ਦਾ ਮੇਰਾ ਤਾਂ ਘੂੰ ਮੂੰਹ ਚੱਤੋ ਦੀ ਲੱਗ ਜਾਂਦਾ ਕਰਮਾ। ਇਹਦੇ ਬਾਰੇ ਨਾ ਦੱਸਿਓ। ਹੈਂ, ਇਹਦੇ ਬਾਰੇ ਨਾ ਦੱਸਿਓ ਤੁਸੀਂ। ਉਹ ਕਾਹਨੂੰ ਦੱਸਦਾ ਮੈਂ, ਕਿਸੇ ਲੁਕੋ ਦੇ ਟਰੰਕ 'ਚ ਇਹਨੂੰ। ਹੁਣ ਤਾਂ ਘਰ ਦੀ ਲੰਬੜਦਾਰੀ ਮੇਰੇ ਕੋਲ ਆ ਗਈ, ਹੁਣ ਦੇਖਦੀ ਹਾਂ ਪ੍ਰੀਤ ਕੀ ਕਰਦੀ ਆ। ਮੈਡਮ ਜੀ, ਹੱਥਾਂ 'ਚ ਚੂੜਾ ਜਿਹਾ ਪਾਇਆ ਹੋਇਆ ਸੀ, ਜਾਇਆ ਜੀ ਵਿਆਹ ਤੁਸੀਂ? ਤੇ ਕਿਹੜਾ ਵਿਆਹ ਭਾਲਦਾ, 12-12 ਘੰਟੇ ਡਿਊਟੀ ਕਰਨੀ ਪੈਂਦੀ ਆ। ਵਿਆਹ ਭਗ ਜਾਂਦੇ ਉੱਥੋਂ ਫਿਰ ਸੱਦ ਲੈਂਦੇ, ਕੇਸ ਆ ਗਿਆ, ਆ ਜਾਓ ਥਾਣੇ 'ਚ, ਸਾਨੂੰ ਨਹੀਂ ਵਿਆਹ ਦੇਖਣਾ ਮਿਲਦਾ, ਬਹੁਤ ਔਖਾ ਪੁਲਿਸ ਦੀ ਡਿਊਟੀ ਕਰਨੀ। ਫਿਰ ਹਟ ਜਾਓ ਮੈਡਮ ਜੀ, ਸੰਘੇੜੇ ਧਾਗਾ ਫੈਕਟਰੀ 'ਚ ਲੱਗ ਜਾਓ ਜੀ, 6,000 ਰੁਪਇਆ ਦਿੰਦੇ ਨੇ ਜੀ, ਨਾ 8,000 ਰੁਪਇਆ ਦਿੰਦੇ ਨੇ, 6 ਘੰਟੇ ਕੰਮ ਹੈ ਜੀ। ਹਾਂ, ਸਾਡੇ ਪਿੰਡ ਭੈਣ ਆਉਂਦੀ ਹੈ ਜੀ। ਬਿੱਜੂ ਜਾ ਬੇ, ਮੈਨੂੰ ਸਰਕਾਰੀ ਨੌਕਰੀ ਤੋਂ ਹਟਾ ਕੇ ਤੂੰ ਪ੍ਰਾਈਵੇਟ ਧੱਕੇ ਖਵਾਉਣ ਨੂੰ ਫਿਰਦਾ। ਫਿਰ ਮੈਡਮ ਜੀ, ਤੁਸੀਂ ਕੰਮ ਕਰ ਲਓ ਜੀ, ਨਿੰਦ ਦੇ ਕਰ ਦਿਓ, ਭਗਵੰਤ ਮਾਨ ਨੂੰ ਪਤਾ ਲੱਗਾ ਹੁਣ ਲਾ ਕੇ ਮਾਰੂ ਗਿਆ ਜੀ। ਮੈਂ ਚੁੱਪ ਕਰਕੇ ਬਹਿ ਜਾ, ਮੈਂ ਤੂੰ ਜਬੜਾ ਨਾ ਕਟਾ ਲਈ। ਐਂ ਜੀ ਨਾ ਬੋਲੋ ਜੀ, ਤਾਂ ਵੀ ਕੱਪੇ ਲਿਸਟਾ ਪਾ ਦਾਂਗੇ ਜੀ, ਇਸ ਤੋਂ ਬਾਅਦ ਪਹਿਲਾਂ ਕੱਟ ਬੇ। ਤੁਹਾਨੂੰ ਕੀ ਮਿਲਦਾ ਪੁੱਠੇ ਕੰਮ ਕਰਕੇ, ਕੋਈ ਸਾਫ ਸੁਥਰਾ ਕੰਮ ਕਰ ਲਓ। ਆ ਦੇਖ ਲੈ ਹੁਣ ਕਿੰਨੇ ਦਿਨਾਂ ਦੇ ਬਦੀਨ ਹੋਈ ਜਾਂਦੇ ਉੱਥੇ ਥਾਣੇ 'ਚ, ਨਾਲੇ ਕੁੱਟ ਖਾ ਰਹੇ ਮੇਰਾ ਕੀ ਕਸੂਰ ਦੀ। ਮੈਡਮ ਜੀ, ਤੁਸੀਂ ਮੈਨੂੰ ਹੁਣ ਘਰੇ ਭੇਜ ਦਿਓ ਜੀ, 2 ਦਿਨ ਹੋ ਗਏ ਜੀ, ਮਤਲਬ ਕੱਪੜੇ ਵੀ ਨਹੀਂ ਬਦਲੇ, ਉਦੋਂ ਦਾ ਕੁਛ ਚਾਜਾ ਖਾਧਾ ਹੋਇਆ ਜੀ, ਭੁੱਖ ਲੱਗ ਰਹੀ ਹੈ ਜੀ। ਜੈ ਹਿੰਦ ਜਨਾਬ। ਕੁਲਚਾ ਮੰਗਾ ਲਓ ਜੀ, ਜਨਾਬਾਂ ਦਾ ਫੋਨ ਹੈ ਜੀ। ਨਹੀਂ ਜਨਾਬ, ਅਸੀਂ ਤਾਂ ਨਾ ਜੀ ਉਹ ਛਾਜਲੀ ਵਾਲੇ ਕੇਸ ਤੇ ਲੱਗੇ ਹੋਏ ਆ ਜੀ, ਜਿਹੜਾ ਮਤਲਬ ਕਿ ਛੜੇ ਨੂੰ ਗੋਲੀਆਂ ਪਾਣ ਦਾ ਵੀ ਆ, ਤੁਸੀਂ ਖਬਰ ਦੇ ਕਿਉਂ ਸਾਡੇ ਪੁੱਠ ਘਟਾਏਗਾ ਤੂੰ? ਇਹ ਸਾਡਾ ਬੌਲਾ ਭੈਣ, ਠੀਕ ਦੀ ਜੀ ਜਗ ਕਿਧਰੇ ਨਹੀਂ ਗੋਲੀ ਵੱਜੀ ਭੈਣ ਨੂੰ, ਓਏ ਨਾਲ ਮੈਨੂੰ ਖੜਨ ਦਿੱਤਾਗਾ ਉਹ ਤਾਂ ਆਪ ਪਿੱਛੇ ਆ ਗਈ। ਸਰ ਮੇਰੀ ਗੱਲ ਸੁਣੋ ਜੀ, ਬਸ ਮੈਂ ਜੀ ਹੁਣੀ ਜਾਨੀ ਆ ਦਫ਼ਤਰ 'ਚ, ਉੱਥੇ ਜਾ ਕੇ ਦੇਖਦੇ ਆ, ਰਿਪੋਰਟ ਕੰਪਿਊਟਰ 'ਤੇ ਹੋਊਗੀ, ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ। ਠੀਕ ਆ ਜਨਾਬ, ਚੱਕ ਲਿਆਉਂਦੇ ਜੀ। ਕਿਸੇ ਨੂੰ ਛੱਡ ਵੀ ਆਇਆ ਕਰੋ ਮੈਡਮ ਜੀ, ਚੱਕੀ ਲਿਆਉਣੇ ਹੋ ਜੀ। ਚੁੱਪ ਕਰ ਜਾ, ਜਦੋਂ ਮੈਂ ਦੇਖ ਮੇਰਾ ਕਾਹ ਨੂੰ ਪੈਰ ਵਿੱਚ ਤੇਰਾ ਬੈ ਜੇ ਬੇੜਾ ਤੇਰਾ, ਮਰਨੇ ਚੋਕਰੇ ਫੋਨ ਤੇ ਵੀ ਨਹੀਂ ਗੱਲ ਕਰਨ ਦਿੰਦੇ, ਟਿੱਕੇ ਬੈ ਜਾ, ਕਿਉਂ ਲਹੂ ਪੀਤਾ ਤੁਹਾਨੇ? ਕੀ ਕਰੀ ਨੇ ਦੇਖੋ, ਭੁੱਕੀ ਜਾਂਦੇ ਇਹਦੇ ਨਾਲ, ਤ੍ਰਿਸਾਲੀ ਲੱਗਦੀ ਹੈ। ਆ ਹੁਣ ਪਾ ਲੂ ਮੁੱਦਾ ਤੇਰੀ ਮਾਂ, ਤੂੰ ਐਂ ਦੱਸ ਜਿੱਸੇ ਗੱਲ ਸੁਣੇ ਦੇ ਨਾਲ ਕਾਹ ਨੂੰ ਬੋਲਦਾ ਬੋਲੇ ਨਾਲ ਭਈ, ਅਸੀਂ ਤੁਹਾਡਾ ਕੀ ਮਾੜਾ ਕਰਦੇ, ਚੱਕ ਕੇ ਤੂੰ ਉੱਥੇ ਪੁਲਿਸ ਚੜਾ ਕੇ ਬੱਗੇ ਸੱਟ ਤੇ ਮੜ ਗਈ ਬੱਟ ਪਿੱਛੇ, ਭਾਵੇਂ ਖੇਤ ਵੱਟਦੇ, ਖੇਤ ਜਾ ਕੇ ਉੱਥੇ ਸਮਾਨ ਭਰ ਕੇ, ਤੁਹਾਡਾ ਭਾਈ ਕਦੇ ਫੜਾਇਆ ਸੀ? ਓਏ ਯਾਰ ਬਾਈ, ਮੈਨੂੰ ਤਾਂ ਪਤਾ ਵੀ ਨਹੀਂ ਸੀ ਯਾਰ, 100 ਰੁਪਏ ਢੋਲਾਂ ਦੇ ਢੋਲ ਕੱਢ ਕੇ ਟਿਆ ਸੀ ਕਦੇ ਤੁਹਾਡੇ ਇਹ ਕੰਮ ਕਰੇ ਦੀ ਖੁਸ਼ਕਿ ਉਹ ਵਾ ਹੋ ਗਈ ਸਿਰ 'ਚ। ਨਹੀਂ ਸਰ ਵੀ, ਨਹੀਂ ਸਰ ਵੀ, ਹਾਂਜੀ ਆਈ, ਖੁਸ਼ਕੀ ਬਹੁਤ ਜ਼ਿਆਦਾ ਹੋ ਰਹੀ ਹੈ, ਨਾਲ ਤਾਂ ਮੇਰੇ ਸਿਰ 'ਚ ਤੇਲ ਮਲਦੇ, ਨਾਲੇ ਮਲਦੇ ਪਿੰਡੇ ਦੇ ਸਾਰੇ ਦੇ, ਖੁਸ਼ਕੀ ਬਹੁਤ ਜ਼ਿਆਦਾ ਹੋਈ ਪਈ ਹੈ। ਨਾਲੇ ਮੇਰੀ ਗੱਲ ਸੁਣ, ਅੰਦਰ ਵੜ ਕੇ ਨਾ ਬੈਠਿਆ ਕਰ, ਹੈ ਸੁੱਖ ਨਾਲ ਤੂੰ ਅੱਧੇ ਘਰ ਦੀ ਮਾਲਕਣ, ਅੱਧੀ ਜ਼ਮੀਨ ਦੀ ਮਾਲਕਣ, ਕਿਉਂ ਡਰ ਡਰ ਮਿਲੀਆਂ ਸ਼ਰੀਕਾਂ ਤੋਂ? ਮੈਂ ਕੰਜਰਾ ਕਾਣੂ ਮਚਾਈ ਜਾਂਦਾ ਮੇਰਾ ਕਾਲਜਾ, ਮੈਂ ਤੜਕੇ ਤੇ ਚੁੱਪ ਕਰੀ ਬੈਠੀ ਆ, ਆ ਕੀ ਲੱਛਣ ਕਰੀ ਜਾਣਾ? ਹੈ ਤੂੰ ਕਬੱਡੀ ਖੇਲਣ ਜਾਣਾ ਤੇਲ ਲਵਾਉਣ ਨੂੰ? ਸਾਡਾ ਘਰ ਨਹੀਂ ਹੈਗਾ, ਅਸੀਂ ਜੋ ਮਰਜ਼ੀ ਕਰੀਏ ਭਾਈ। ਆਪਦੇ ਭਾਈ ਨੂੰ ਤੂੰ ਥਾਣੇ 'ਚ ਬੰਦ ਕਰਾ ਕੇ ਇੱਥੇ ਯਾਸ਼ੀਆਂ ਕਰ ਰਿਹਾ, ਸ਼ਰਮ ਤਾਂ ਨਹੀਂ ਹੈਗੀ ਮਾੜੀ ਮੋਟੀ? ਯਾਸ਼ੀਆਂ ਕਰਦਾ ਬੜਿਆ, ਮੂੰਹ ਸਵਾਲ ਕੇ ਬੋਲ। ਕੀ ਮੂੰਹ ਸਵਾਲ ਕੇ ਬੋਲਾਂ? ਮੇਰੇ ਭਾਈ ਨੂੰ ਮੇਰੇ ਘਰ ਵਾਲੇ ਥਾਣੇ 'ਚ ਫਸਵਾਰ ਕੇ ਦੱਸ, ਜਿਹੋ ਜੀ ਤੂੰ ਆਪ ਹੈ ਨਾ ਉਹੋ ਜਿਹੀ ਤੇਰੇ ਭਰਾ ਹਰੀ ਨੇ। ਚੁੱਪ ਕਰ ਜਾ, ਲੰਡਰ ਜਨਾਨੀ ਹੈ, ਲੰਡਰ ਹੀ ਮੇਰੇ ਘਰ ਦੀਆਂ ਚੁੱਕੜੀਆਂ ਕਰਦੀ ਆ, ਲੰਡਰ ਮਾੜੀ ਮੋਟੀ ਸ਼ਰਮ ਹੈਗੀ ਤੈਨੂੰ? ਤੇਰੀ ਮਾਂ ਲੰਡਰ ਆ, ਤੂੰ ਤਾਂ ਬੜਾ ਬੜਾ ਉਹਦੇ ਡੀਜੇ ਦੇ ਗਾਣੇ ਲਵਾ ਲਵਾ ਨੱਚ ਦੀ ਥਲੇਸਾ, ਆ ਕੇ ਮੈਂ ਲੰਡਨੋਂ ਵਕੀਲ ਸੱਦ ਕੇ ਆਪੇ ਵਰੀ ਕਰਾ ਲੂ, ਕਰਾ ਲੈ ਬਲੀ ਹੁਣ ਆਪਦੇ। ਮੈਂ ਕੰਜਰਾ, ਮੈਂ ਕੱਲੀ ਨਹੀਂ,
ਮਰਦੀ ਹੈਗੀ ਮੇਰਾ ਘਰ ਵਾਲਾ ਕੱਲਾ ਨਹੀਂ ਮਰਦਾ ਤੈਨੂੰ ਵੀ ਨਾਲ ਮਾਰੂ ਤੂੰ ਦੇਖਦਾ ਜਾ ਤੈਨੂੰ ਮਾਂ ਦੁਨੀਆ ਤੜੇ ਛੜੀ ਆਪੀ ਮਰ ਜਾਣਗੇ ਮੇਰੇ ਸਾਲ ਕਰਦੇ ਤੈਨੂੰ ਤਾਂ ਮੈਂ ਜੇਲ੍ਹ 'ਚ ਬੰਦ ਕਰਾਉਂ ਤੂੰ ਦੇਖਦਾ ਜਾ ਓਏ ਮਰ ਜਾ ਮਰ ਜਾ ਮਰ ਜਾ ਰੋਜ਼ ਦੇ ਡਰਾਮੇ ਨੇ ਤੇਰੇ ਮਰ ਜਾ ਲੈ ਕੰਜਰਾ ਹੋ ਜੀ ਚੋੜਾ ਉੱਥੇ ਜੇਲ੍ਹ 'ਚ ਮੇਰਾ ਘਰ ਵਾਲਾ ਮਰ ਜੂ ਇੱਥੇ ਮੈਂ ਮਰੂ ਮੈਂ ਤਾਂ ਕੰਤਨੇ ਸੇ ਤੁਸੀਂ ਸਮਝੋ ਸੇ ਓ ਮਰ ਜਾ ਮਰ ਜਾ ਤੇਰਾ ਇਸ ਹਮਰੇ ਕਿੱਥੇ ਵਿਆਹ ਹੁੰਦਾ ਸੀ ਮਿੰਟ ਤੱਕ ਕਰ ਕਰਕੇ ਇਹਦੇ ਨਾਲ ਵਿਆਹ ਕਰਾਇਆ ਤੇਰਾ ਇਹਦੀ ਮਾਂ ਕਿੱਥੇ ਮੰਨਦੀ ਸੀ ਆ ਮੇਰੇ ਕਰਕੇ ਹੋਇਆ ਇਸ ਉਮਰ 'ਚ ਤੈਨੂੰ ਕੋਈ ਕੁੜੀ ਤਾਂ ਕੀ ਤੈਨੂੰ ਤਾਂ ਕੋਈ ਕੁੱਤੇ ਨਹੀਂ ਦਿੰਦਾ ਸੀ ਲੈ ਹੁਣ ਇੱਕ ਤੇ ਲੈ ਕੇ ਚਲਾ ਜਾਈਂ ਆਪਣੀ ਜ਼ਮੀਨ ਠੀਕ ਆ ਤੈਨੂੰ ਮੈਂ ਦੱਸੂ ਹੁਣ ਸਮਝੋ 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 ਤੁਸੀਂ ਦੇਖੋ ਇਹਨੂੰ ਸਮਝਾਓ ਕੁਛ ਮੇਰੀ ਸਰਕਾਰੀ ਨੌਕਰੀ ਵੀ ਖਾਣਾ ਨਾ ਮਾਂ ਸੇ ਆਪਾ ਖੜਾ ਕਰੇ ਓਏ ਖੜ ਜਾ ਭਾਈ ਤੂੰ ਕਿੱਧਰ ਜਾਣੀ ਆ ਆ ਫੜ ਪਈ ਇਹਨੂੰ ਕਰ ਲੂ ਤੈਨੂੰ ਵੀ ਮੈਂ ਅੰਦਰ ਕਰਾਉ ਫੜ ਇੱਥੇ ਨੂੰ ਐਦਾਂ ਨਾ ਨਵੇਂ ਨਵੇਂ ਡਰਾਮੇ ਤੇਰੇ ਕਿਉਂ ਨਾ ਕਰਾਂ ਨਾ ਕਰ ਐਦਾਂ ਹੈ ਓਏ ਫੇਰ ਕਹੇਗੀ ਮੇਰੇ ਨੂੰ ਕਰਤਾ ਮੇਰੇ ਘਰ ਵਾਲੇ ਨੂੰ ਚਕਾਤਾ ਮੇਰੇ ਭਾਈ ਨੂੰ ਚਕਾਤਾ ਮੈਂ ਤਾਂ ਮਰੂੰਗੀ ਤੁਹਾਡੇ ਸਿਰ ਚੜ ਕੇ ਐਵੇਂ ਨਹੀਂ ਕਰੀਦਾ ਮੈਂ ਸਰਪੰਚ ਨੂੰ ਬੁਲਾ ਲਾਂ ਮੈਂ ਤੈਨੂੰ ਘਰੇ ਬੈਠ ਕੇ ਕਰਾਂਗੇ ਆਪਾਂ ਹੱਲ ਘਰੇ ਬੈਠ ਕੇ ਹੱਲ ਕਰਾਂਗੇ ਆਪਾਂ ਕਰੋਗੇ ਓਏ ਬਹਿ ਜਾ ਭਾਈ ਬਹਿ ਜਾ ਰੇ ਬਹਿ ਜਾ ਬਹਿ ਜਾ ਬਹਿ ਜਾ ਉਹ ਤੂੰ ਚਾਉਣੀ ਕੀ ਐ ਮੈਨੂੰ ਐ ਦੱਸ ਪਹਿਲਾਂ ਤਾਂ ਤੂੰ ਨਾ ਤਾਂ ਤੂੰ ਦੇਖ ਘਰ ਬਸਣ ਦਿੰਨੀ ਐ ਹੈ ਨਾ ਤੂੰ ਉਹਨੂੰ ਤੇਰੇ ਖਾਸ ਨੂੰ ਉੱਥੇ ਜਾਣ ਦਿੰਨੀ ਐ ਤੂੰ ਜੇ ਆਪ ਦਾ ਭਲਾ ਚਾਹੁੰਨਾ ਨਾ ਮੇਰੇ ਘਰ ਵਾਲੇ ਨੂੰ ਛਡਾ ਕੇ ਲਿਆ ਨਾਲੇ ਮੇਰੇ ਭਾਈ ਨੂੰ ਲੈ ਕੇ ਆ ਭਾਈ ਦੀ ਤੇਰਾ ਦੇਖ ਪ੍ਰੀਤ ਇਹ ਤਾਂ ਤੈਨੂੰ ਵੀ ਪਤਾ ਐ ਕਿੰਨੇ ਕੀ ਕੀਤਾ ਐ ਉਹ ਗਲਤੀਆਂ ਕਰੀਆਂ ਨੇ ਹੁਣ ਤੈਨੂੰ ਛੇਤੀ ਆ ਲੱਗਣ ਲੱਗ ਗਿਆ ਹੁਣ ਸਰਕਾਰੀ ਕੰਮ ਜਿਹੜੇ ਹੁੰਦੇ ਨੇ ਇਹ ਬੜੇ ਆਰਾਮ ਨਾਲ ਹੁੰਦੇ ਨੇ ਨਾ ਤਾਂ ਇੱਕ ਵਾਰੀ ਤਾਂ ਸੋਚ ਲੈਣਾ ਸੀ ਵੀ ਘਰ ਦੇ ਜੀਆਂ ਨੂੰ ਚਕਾਣ ਲੱਗਿਆ ਜਮਾਂ ਵੀ ਨਹੀਂ ਸੋਚਿਆ ਮੈਂ ਸੋਚਦੀ ਤੁਸੀਂ ਕਿੱਦਾਂ ਸੋਚਿਆ ਅਸੀਂ ਕੀ ਕੀਤਾ ਤੁਸੀਂ ਕਿੱਦਾਂ ਸੋਚਿਆ ਉਹ ਤਾਂ ਵਿਚਾਰਾ ਸਿੱਧਾ ਸਾਦਾ ਕਿਤੇ ਗਲਤੀ ਨਾਲ ਗਿਰ ਗਿਆ ਉਹ ਐ ਕਰਨੀ ਉਹਨੂੰ ਕਿਹੜਾ ਜਾਣ ਕੇ ਪਾਇਆ ਓਏ ਮੇਰੀ ਗੱਲ ਸੁਣਨੀ ਇਹ ਪਾਣੀ ਦੀ ਘੁੱਟ ਲੈ ਕੇ ਦੇ ਨੂੰ ਕਰੰਟ ਵਾਲੀ ਤਾਰ ਉਹਦਾਂ ਨਾਲ ਲਾਂਦਾ ਚੱਲ ਪਾਣੀ ਦੀ ਘੁੱਟ ਲੈ ਕੇ ਦੇ ਨੂੰ ਪਾਣੀ ਦੀ ਘੁੱਟ ਲਿਆ ਦੇ ਤੂੰ ਮੈਨੂੰ ਐ ਦੱਸ ਭਾਈ ਤੂੰ ਚਾਹਣੀ ਕੀ ਐ ਨਾ ਮੈਂ ਕੀ ਚਾਹਣੀ ਆ ਜਿੱਦਣ ਦੀ ਮੈਂ ਇਸ ਘਰ 'ਚ ਵਿਆਹ ਕੇ ਆਈ ਆ ਕਦੇ ਚੱਜ ਤਰ੍ਹਾਂ ਰੋਟੀ ਖਾਣ ਦਿੱਤੀ ਆ ਕਦੇ ਸੁੱਖ ਦਾ ਸਾਹ ਲੈਣ ਦਿੱਤਾ ਮੈਨੂੰ ਤੇ ਜੱਸੇ ਨੂੰ ਕਿਉਂ ਮੈਂ ਤੁਹਾਨੂੰ ਕੀ ਕਿਹਾ ਭਾਈ ਕਦੇ ਸੁੱਖ ਦਾ ਸਾਹ ਤਾਂ ਤੁਸੀਂ ਨੇ ਮੈਨੂੰ ਲੈਣ ਦਿੰਦੇ ਹੈਗੇ ਹੈ ਨਾ ਤਾਂ ਤੁਸੀਂ ਮੈਨੂੰ ਦੱਬ ਕੇ ਰੱਖਦੇ ਹੋ ਉੱਤੇ ਮੇਰੇ ਤੇ ਧਮਕੀਆਂ ਮਾਰ ਦੋ ਮੈਂ ਤੇਲ ਪਾ ਕੇ ਮੱਚੂਗੀ ਮੈਂ ਨਾ ਹੋਰ ਮੈਂ ਕੀ ਕਰਾਂ ਘਰ ਵਾਲਾ ਮੇਰਾ ਭਾਈ ਮੇਰਾ ਦੋਨੋਂ ਜੇਲ੍ਹ 'ਚ ਬੈਠੇ ਨੇ ਆ ਸਾਰੀਆਂ ਕਰਤੂਤਾਂ ਤੁਹਾਡੀਆਂ ਪਾਣੀ ਪੀ ਲੈ ਮੈਂ ਨਹੀਂ ਪੀਣਾ ਹੈਗਾ ਪਾਣੀ ਹੁਣ ਮੈਨੂੰ ਪਾਣੀ ਪੀਉਂਦੀ ਆ ਮੈਂ ਨਹੀਂ ਪੀਣਾ ਹੈਗਾ ਪਾਣੀ ਮੇਰੀ ਗੱਲ ਸੁਣ ਲੈ ਭਾਈ ਦੇਖ ਠੀਕ ਹੈ ਅਸੀਂ ਥਾਣੇ ਦਰਬਾਰੇ ਜਾਏ ਆਉਣੇ ਆ ਜੇ ਤਾਂ ਭਾਈ ਤੇਰੇ ਘਰ ਨੂੰ ਛੱਡਤਾ ਠੀਕ ਹੈ ਜੇ ਹੁਣ ਉਹਨੇ ਪਰਚਾ ਹੀ ਪਾਤਾ ਫਿਰ ਅਸੀਂ ਕੀ ਕਰ ਸਕਦੇ ਇਹਦੇ ਵਿੱਚ ਐਦਾਂ ਕਿੱਦਾਂ ਨਹੀਂ ਛੱਡਣਗੇ ਨਾਲੇ ਜੇ ਪਰਚਾ ਪਾਤਾ ਮੈਂ ਤੁਹਾਨੂੰ ਵੀ ਅੰਦਰ ਕਰਾਉ ਫੇਰ ਨਹੀਂ ਮੈਂ ਤਾਂ ਰੁਕਦੀ ਜਿੱਦਾਂ ਹੁਣੇ ਰੁਕੀ ਆ ਥੋੜਾ ਠੰਡੀ ਹੋ ਨਾ ਮੈਂ ਠੰਡੀ ਕੀ ਹੋਵਾਂ ਠੀਕ ਹੈ ਠੰਡੀ ਤਾਂ ਹੁਣ ਤੱਕ ਨਹੀਂ ਹੋਈ ਹੈਗੀ 3 ਸਾਲ ਹੋ ਗਏ ਜਾਂ ਤਾਂ ਮੇਰੇ ਘਰ ਵਾਲੇ ਨੂੰ ਛਡਾ ਲਿਓ ਨਹੀਂ ਮੈਂ ਤਾਂ ਤੇਲ ਪਾ ਕੇ ਇਦਾਂ ਹੀ ਮੱਚੂ ਤੁਹਾਨੂੰ ਦੋਨਾਂ ਨੂੰ ਅੰਦਰ ਕਰਾਉ ਮੈਂ ਤਾਂ ਅੱਛਾ ਪਹਿਲਾਂ ਪਹਿਲਾਂ ਮੱਚੀ ਨਹੀਂ ਮੈਂ ਨਹੀਂ ਪੀਣਾ ਹੈਗਾ ਪਾਣੀ ਪੂਰੀ ਪਾਸੇ ਕਰ ਲਾ ਚੋਦ ਦੇ ਬਸ ਰਹਿਣ ਦੇ ਚੱਲ ਜੇ ਸਾਲੇ ਕਣੇ ਦੇ ਨੇ ਕਿੱਥੇ ਤੇਲ ਪਾਇਆ ਜੀ ਛਡਾ ਲਈਏ ਫੇਰ ਤਾਂ ਖੁਸ਼ ਐ ਕਰਨੀ ਪਲਤਾ ਡੋਲ ਭੈਣ ਦਾ ਖਸਮ ਕਿਤੇ ਹੋਰੇ ਟਾਂਟਾ ਖੜਾ ਹੋ ਜੇ ਰੱਖ ਦੇ ਕੀ ਪਤਾ ਫੇਰ ਲੋੜ ਪੈ ਜੇਦੀ ਕਿਉਂ ਲੋੜ ਪੈ ਜਵੇ ਆ ਸੈਟ ਮੜ ਜਾ ਪੜਾ ਰਾ ਡੋਲ ਇਹਨੂੰ ਅਸੀਂ ਭਾਈ ਦੋਏ ਜੀ ਜਾਏ ਆਉਣੇ ਆ ਜੇ ਤਾਂ ਛੱਡਤਾ ਠੀਕ ਹੈ ਨਹੀਂ ਤੇਰੇ ਕਰਮ ਭਾਈ ਕਰਮ ਕੁਰਮ ਕੋਈ ਨਹੀਂ ਛਡਾ ਕੇ ਲਿਆਉਣੇ ਆ ਜਿੱਦਾਂ ਫਸਾਇਆ ਉਦਾਂ ਘਰ ਲੈ ਕੇ ਆ ਨਹੀਂ ਤਾਂ ਮੈਂ ਤੁਹਾਨੂੰ ਵੀ ਜੇਲ੍ਹ ਭੇਜੂ ਦੋਨਾਂ ਨੂੰ ਛੱਡਦੀ ਨਹੀਂ ਹੁਣ ਮੈਂ ਬਥੇਰੀਆਂ ਤੁਸੀਂ ਮਨਮਰਜ਼ੀਆਂ ਕਰ ਲਈਆਂ ਸਰਬੀਏ ਆ ਭਗ ਜਾ ਭਾਈ ਇੱਧਰ ਭਗ ਜਾਂਦੇ ਅਸੀਂ ਐਵੇਂ ਕਰੀਏ ਨਹੀਂ ਹੁਣ ਮੈਂ ਕੀ ਕਹਾਂ ਤੁਹਾਡੇ ਤਾਂ ਸਾਰੇ ਟੱਬਰ ਦੇ ਹੀ ਡਰਾਮੇ ਜਿੱਦਣ ਦੀ ਮੈਂ ਵਿਆਹ ਕੇ ਆਈ ਡਰਾਮੇ ਨੂੰ ਤਾਂ ਇਹ ਭੈਣ ਦੇ ਖਤਮ ਟੱਲੀ ਰਾਮ ਨੂੰ ਹੀ ਮਾਤ ਪਾ ਗਏ ਮੇਰੇ ਸਾਲ ਕਣੇ ਦੇ ਇਹ ਤੁਸੀਂ ਹੁਣ ਖੁਦ ਦੇਖ ਲਓ ਐਂ ਕਰ ਮੰਨ ਲੂ ਤੇਰਾ ਉਠਾਣ ਥੁਣੀ ਦਰਦ ਕਲਾ ਜਾ ਹੋ ਹੈਂ ਜਨਾਬ ਨੂੰ ਪੁੱਛ ਕੇ ਦੇਖ ਲੈਣੇ ਇੱਕ ਵਾਰੀ ਗੱਲ ਕਰ ਲੈਣੇ ਆ ਚੱਲ ਫਿਰ ਚੱਲ ਥਾਣੇ ਚੱਲੀਏ ਭਾਵੇਂ ਚੱਲੇ ਗਏ ਛੜਾ ਕੇ ਉਹਨੂੰ ਮੇਰੇ ਸਾਲ ਦਾ ਜੇ ਕਿਤੇ ਕੁਛ ਤੇਲ ਤੂਲ ਪਾ ਕੇ ਮੱਚ ਗਈ ਟੜਵਾਇਰ ਖੜਾ ਹੋ ਜੂ ਜਾਣ ਨੂੰ ਹੈਂ ਗੱਲ ਹੋਰ ਸੀ ਤੁਹਾਡੇ ਨਾਲ ਕਰਨੀ ਹਾਂ ਉੱਥੇ ਥੋੜਾ ਬਹੁਤ ਖਰਚਾ ਵੀ ਹੋ ਸਕਦਾ ਹੈ ਪਰ ਵੀ ਤੁਹਾਨੂੰ ਪਤਾ ਓਏ ਸਾਰ ਲਈ ਭਾਵੇਂ ਦਾ ਖਾਸਮਾ ਪੈਸੇ ਤਾਂ ਉਹ ਨਹੀਂ ਹੈਗੇ ਚੱਲ ਆ ਜਾ ਫਿਰ ਵੀ ਸਮਝਿਆ ਕਰੋ ਚੱਲ ਓ ਯਾਰ ਬਾਈ ਚਿੰਦੇ ਤੂੰ ਯਾਰ ਗੱਲ ਤਾਂ ਸੁਣ ਲੈ ਯਾਰ ਮੈਨੂੰ ਤਾਂ ਪਤਾ ਨਹੀਂ ਸੀ ਮੇਰੇ ਸਾਲੋ ਆਇਆ ਬੈਠੋ ਜੇ ਮੈਂ ਹਾਏ ਆ ਗਿਆ ਓਏ ਕੀ ਕਰਾਂ ਜੀ ਮੂੰਹ ਤਾਂ ਪੈ ਮੈਂ ਤਾਂ ਦੱਸ ਨਹੀਂ ਬਾਈ ਨਾ ਜੀ ਮੈਂ ਪਵਾਉਣਾ ਜੀ ਚਿੰਦੇ ਬਾਈ ਓਏ ਤੂੰ ਪਰਵਾ ਜਾ ਇੱਥੇ ਮੇਰੇ ਤੋਂ ਪੈ ਜਾ ਬਾਈ ਮੂੰਹ ਤਾਂ ਬਾਲਾ ਕੁੱਟਣਗੇ ਬਾਈ ਜੀ ਨਾ ਉਹ ਦੱਸਦੀ ਨਾ ਉਹ ਦੱਸਦੀ ਤੂੰ ਮੈਨੂੰ ਬੁਲਾ ਲੈ ਭੱਜ ਇੱਥੋਂ ਮੈਂ ਕਰਿਆ ਕੀ ਹੈ ਬਾਈ ਕੁੱਟ ਪਊਗੀ ਨਹੀਂ ਪੱਗ ਨੂੰ ਗੋਲੀਆਂ ਕੱਢ ਪਾਈਆਂ ਮੈਂ ਕੋਈ ਗੋਲੀਆਂ ਨਹੀਂ ਪਾਈਆਂ ਜੀ ਪੱਗ ਨੂੰ ਇਧਰ ਦੱਸ ਆ ਜਿਹੜਾ ਭਾਗੂ ਆ ਛਾਜਲੀ ਆ
ਵਾਲਾ ਉਹਨੂੰ ਇਹਨੇ ਚੂਹੇ ਮਾਰ ਦਵਾਈ ਪਾਈ ਆਗੀ ਤੂੰ ਦੱਸ ਦੇ ਉਹਦੇ ਵਿੱਚ ਤੁਹਾਡਾ ਕੀ ਉਹ ਬੰਦਾ ਬਣ ਬਈ ਪਾਈ ਇਹਨੇ ਫਿਰ ਮੈਨੂੰ ਕੀ ਪਤਾ ਕਹਿੰਦਾ ਤੇ ਬੌੜਾ ਤਾਂ ਸਭ ਕੁਝ ਕਹੂਗਾ ਹੁਣ ਇਹ ਤਾਂ ਸਾਰੇ ਪਿੰਡ ਨੂੰ ਚੱਕੋ ਫਿਰ ਤੂੰ ਚੱਕ ਲੈ ਇੱਕ ਮਿੰਟ ਐਕਸਕਿਊਜ਼ ਮੀ ਮੈਡਮ ਬਈ ਤੂੰ ਮੈਨੂੰ ਬੌੜਾ ਕਰ ਦੋ ਕਹਿੰਦਾ ਕੀ ਮਾੜਾ ਕਰਤਾ ਛੱਡਾ ਮੈਂ ਅਸੀਂ ਤੈਨੂੰ ਕਦ ਕਹੇ ਵੀ ਤੂੰ ਬੌੜਾ ਜਾਂ ਕਿਵੇਂ ਕਹਿਣਾ ਫਿਰ ਬਈ ਬੌੜਾ ਕਹਿਣਾ ਨਾਲੇ ਹੋਰ ਕਹਿਣਾ ਜਾ ਸਾਨੂੰ ਨਾ ਬੁਲਾ ਕੇ ਰੱਖੋ ਪੱਕਾ ਬਦਾ ਕੰਮ ਕਰ ਸਰ ਜੀ ਆਪਦੇ ਨੂੰ ਤੁਸੀਂ ਕੰਮ ਨਹੀਂ ਕਰਿਆ ਹੈਗਾ ਜੀ ਤੁਹਾਨੂੰ ਦੱਸਤਾ ਠੀਕ ਆ ਮੈਂ ਕਿਸੇ ਨੂੰ ਕੋਈ ਗੋਲੀਆਂ ਨਹੀਂ ਪਾਈਆਂ ਸਰ ਇਹ ਹੈ ਨਹੀਂ ਨਾ ਕਰਦੇ ਬਈ ਕੰਮ ਕਰ ਕਰ ਰਿਹਾ ਜੀ ਮੈਂ ਉਹੀ ਧਰਦਾ ਫਿਰ ਚੱਕ ਦੇ ਦੱਸ ਦੇ ਪਿੰਡ ਦੇ ਧਰਤੇ ਨੂੰ ਮੈਂ ਇਸ ਕੋ ਨਹੀਂ ਕਰਦਾ हां जी हम मैं फड़ा जी मुरो बेटा जी ਤੁਸੀਂ ਤੇ ਕਿਉਂ ਮੰਨੀ ਜਾਂਦੇ ਹੋ ਜੀ ਗੱਲ ਬੈਠ ਥੱਲੇ ਥੱਲੇ ਬੈਠ ਬੈਠੋ ਥੱਲੇ ਆਓ ਬੈਠ ਮੈਂ ਕੁਝ ਨਹੀਂ ਕਰਿਆ ਜੀ ਮੈਂ ਸਹੀ ਤਾਂ ਸਾਰੇ ਡੰਡਾ ਫੇਰੋ ਡੰਡਾ हां ਜੀ ਫੇਰੋ ਜੀ ਮੈਂ ਸੱਚ ਬੋਲਦਾ ਏ ਜਗਰੇ ਸਹੀ ਮੰਨੀ ਜਾਂਦਾ ਤਮਾਰ ਸਾਹਿਬ ਸਰ ਜੀ ਸਾਰੇ ਪਿੰਡ ਦੇ ਧਰ ਦੂਗੇ ਜੀ ਸਰ ਜੀ ਆ ਚੁੱਪ ਕਰ ਮੇਰੀ ਗੱਲ ਇੱਕ ਮਿੰਟ ਮੇਰੀ ਵੀ ਖਾਣੀ ਆ ਚੁੱਪ ਕਰ ਜੋ ਤੁਹਾਡੇ ਉਹਦੇ ਵਿੱਚ ਲੱਲਾ ਖਾਣੀ ਉਹ ਤੇਰੇ ਨਾਲ ਦਾ ਖੇਤੋਂ ਕਿਉਂ ਭੱਜਿਆ ਮੇਰੀ ਗੱਲ ਸੁਣੋ ਜੀ ਅਸੀਂ ਦਾਰੂ ਕੱਢ ਦਿੱਤੇਗੇ ਪੁਲਿਸ ਨੂੰ ਦੇਖ ਕੇ ਤਾਂ ਉਹ ਭੱਜੂਗਾ ਹੋਰ ਕਿਹੜੇ ਤੇ ਤੁਹਾਡੇ ਕੋਲੇ ਖੜੂਗਾ ਜੀ ਨਾ ਜੇ ਦਾਰੂ ਪੀਣ ਦਾ ਇੰਨਾ ਹੀ ਸ਼ੌਂਕ ਆ ਛਾਜਲੀ ਚ ਸੱਤ ਰੈਂਕੇ ਨੇ ਉੱਥੋਂ ਲਿਆ ਕੇ ਪੀ ਲੋ ਕੱਢਣੀ ਜ਼ਰੂਰੀ ਆ ਵਧੀਆ ਨਹੀਂ ਲੱਗਦੀ ਹੈਗੀ ਜੀ ਆਪਦੀ ਕੱਢੀ ਵਧੀਆ ਲੱਗਦੇ ਨੇ ਪੇਟ ਸਾਫ ਰਹਿੰਦਾ ਮਾੜਾ ਜਿਹਾ ਸਮਾਂ ਸਰ ਜੀ ਦੇਖੋ ਇਹ ਤਾਂ ਕੱਢੋ ਕੀੜੇ ਪੇਟ ਦੇ ਜੀ ਬੰਦਾ ਬਣ ਕੇ ਨਾ ਦੱਸ ਦੇ ਜੇ ਕੋਈ ਤੇਰੇ ਨਾਲ ਦਾ ਮੇਰਾ ਕੋਈ ਨਹੀਂ ਹੈਗਾ ਜੀ ਨਾ ਮੈਂ ਨੌ ਰੱਖਾਂ ਕਿਸੇ ਦਾ ਇਹਨੇ ਤਾਂ ਰੱਖ ਤੇ ਬੌਲੇ ਨੇ ਤਾਂ ਸਾਰੇ ਪਿੰਡ ਦੇ ਰੱਖੀ ਜਾਊਗਾ ਇਹਦਾ ਤੁਸੀਂ ਸਰ ਜੀ ਮੇਰੀ ਐਕਸਕਿਊਜ਼ ਮੀ ਸਰ ਜੀ ਮੈਂ ਉੱਤੇ ਕੰਪਲੇਟਾ ਕਰੂੰਗਾ ਜੀ ਤੁਸੀਂ ਇਹਨੂੰ ਕੁੱਟਿਆ ਨਹੀਂ ਮੈਨੂੰ ਕੁੱਟਿਆ ਜੀ ਤਾਂ ਮੇਰਾ ਹਾਂ ਜੀ ਸਰ ਇਹਨੂੰ ਪੱਟਿਆ ਲਈ ਮਸ਼ੀਨ ਤੇ ਲੈ ਸਰ ਜੀ ਕੰਪਲੇਟੇ ਦੀ ਕਰਾ ਦੂ ਜੀ ਮੈਨੂੰ ਨਹੀਂ ਪਤਾ ਹੈਗਾ ਇਹਨੂੰ ਕੁੱਟਿਆ ਨਹੀਂ ਜੀ ਤੁਸੀਂ ਨਹੀਂ ਕਰੀ ਜੀ ਮੇਰੇ ਤੇ ਤੁਸੀਂ ਮੈਂ ਤੈਨੂੰ ਦੱਸਾਂ ਮੈਂ ਕਿਸੇ ਨੂੰ ਨਹੀਂ ਦੱਸਦਾ ਜੀ ਨਾ ਮੈਨੂੰ ਪਤਾ ਨਾ ਵੀ ਇੱਕ ਢਿੱਡ ਦਾ ਤੋੜੀ ਕਰਦੇ ਹੋ ਜੀ ਤੁਸੀਂ ਮੈਨੂੰ ਕੁੱਟਿਆ ਮੈਨੂੰ ਤੁਸੀਂ ਕੁੱਟਿਆ ਨਾ ਉਹਨੇ ਨਹੀਂ ਜਿਹੜੇ ਲੱਗੇ ਹੋਏ ਨੇ ਫਿਰ ਇਹਨੂੰ ਕੁੱਟਿਆ ਨਹੀਂ ਹੈਗਾ ਇਹ ਤਾਂ ਸਾਰੇ ਪਿੰਡ ਕਹੂਗਾ ਜੀ ਇਹ ਤਾਂ ਮੈਂ ਜੰਨਿਆ ਸੜਿਆ ਤੇਰੇ ਸਾਹਮਣੇ ਮੈਂ ਤਾਂ ਇਹਨੂੰ ਵੀਡੀਓ ਬਣਾ ਕੇ ਤਾਰਾ ਚਾੜੂ ਜੀ ਨਹੀਂ ਡੀਐਸਪੀ ਨੂੰ ਦੇਊਂਗਾ ਜੀ ਸਤਿ ਸ੍ਰੀ ਅਕਾਲ ਭਾਈ ਜੈਨ ਸਤਿ ਸ੍ਰੀ ਅਕਾਲ ਬਾਬਾ ਤੂੰ ਰੋਜ਼ ਹੀ ਆ ਜਾਣਾ ਕੋਈ ਗੱਲ ਨੂੰ ਨਤੀਜੇ ਤੇ ਪਹੁੰਚ ਜਾਣ ਦੇ ਅਸੀਂ ਤੈਨੂੰ ਆਪ ਹੀ ਦੱਸ ਦਾਂਗੇ ਭਾਈ ਮੈਂ ਤਾਂ ਇਹਨੂੰ ਨਾ ਛਡਾਉਣ ਵਾਸਤੇ ਆਈ ਦੇਖ ਉਹ ਨਾਲੇ ਆ ਥਾਣੇ ਚ ਆਉਣ ਦਾ ਕੁਝ ਲਿਕ ਹੈ ਕਿਵੇਂ ਆ ਗਿਆ ਨੂੰ ਤੰਗ ਨਹੀਂ ਪਤਾ ਤੁਹਾਨੂੰ ਕਿਵੇਂ ਆ ਗਿਆ ਕਾਕੇ ਜਿਵੇਂ ਲੀਲਾ ਨਹੀਂ ਸਾਈ ਹੁੰਦੀ ਹੈ ਭੁੱਲ ਗਿਆ ਸੀ ਭਾਈ ਮੈਂ ਪਛਾਣ ਕਰਕੇ ਭੁੱਲ ਗਿਆ ਸੀ ਭਾਈ ਅੱਗੇ ਪੰਬੀ ਜੀ ਤੁਸੀਂ ਮੈਂ ਤਾਂ ਇਹ ਕਹਿੰਦਾ ਸੀ ਤੁਹਾਨੂੰ ਜੀ ਦੇਖੋ ਸਾਡੇ ਸਾਰੇ ਨਗਰ ਨੇ ਸਾਡੇ ਤੇ ਦਬਾਅ ਪਾ ਲਏ ਹੈ ਜਥੇਦਾਰ ਨੇ ਦਬਾਅ ਪਾ ਲਿਆ ਸਾਡੇ ਦੇ ਸਾਡੇ ਪਿੰਡ ਫਿਰ ਅਸੀਂ ਕੀ ਕਰੀਏ ਸਰਪੰਚ ਨੇ ਦਬਾਅ ਪਾ ਲਿਆ ਜੀ ਸਾਡੇ ਤਾਂ ਰਿਸ਼ਤੇਦਾਰ ਆ ਗਏ ਆ ਝੀਲੇ ਦੇ ਹਾਂ ਜਵਾਕ ਆਏ ਖੜਨੇ ਘਰੇ ਜੀ ਪਾਗੋ ਤੂੰ ਚੰਗੀ ਨਹੀਂ ਕੀਤੀ ਆ ਸਾਡੇ ਨਾਲ ਕਰਕੇ ਅਸੀਂ ਤੇਰੇ ਨਾਲ ਇਹ ਕੰਮ ਕਰਿਆ ਕਿਤੇ ਜਿਹੜਾ ਤੂੰ ਸਾਡੇ ਨਾਲ ਹਰਕਤ ਦਾ ਕਰਾਉਣ ਲੱਗੇ ਚੱਕ ਕੇ ਥਾਣੇ ਚ ਚਗਾ ਦੇ ਕੀ ਮੜਾ ਕਰਤਾ ਭਾਈ ਚੱਲ ਝੀਲੇ ਭਾਈ ਮੈਂ ਹੁਣ ਛਡਾਉਣ ਵਾਸਤੇ ਆਇਆ ਛਡਾਉਣ ਵਾਸਤੇ ਆਇਆ ਤੂੰ ਅਸੀਂ ਜਨਾਬ ਆਪਦੀ ਉਹ ਕੀ ਹੁੰਦੀ ਹੈ ਨੀ ਕੰਪਲੇਂਟ ਸਰ ਉਹ ਅਸੀਂ ਵਾਪਸ ਲੈ ਲਾਂਗੇ ਭਾਈ ਆਪਦੀ ਮਾਂ ਦੀ ਗੱਲ ਆ ਤੁਹਾਡੇ ਰਾਜ ਹੋ ਗਿਆ ਕਦੇ ਮਰਜਾ ਚਿੜੀਏ ਕਦੇ ਜੀਜਾ ਚਿੜੀਏ ਆਇਆ ਅਸੀਂ ਆਪਦੀ ਮਰਜ਼ੀ ਨਾਲ ਵਾਪਸ ਲਾਵਾਂਗੇ ਸਾਲੀਏ ਕਹਿ ਮਾੜਾ ਮੋਟਾ ਕੁਛ ਤੁਹਾਡੇ ਵਾਲੀ ਤਾਂ ਫਿਰ ਜਮਾ ਹੀ ਸਰੀ ਪਈ ਆ ਜੀ ਨਾ ਪੁਲਿਸ ਚੱਕਦੀ ਤੁਹਾਡੀ ਮਰਜ਼ੀ ਨਾਲ ਹੁੰਦੀ ਆ ਮੁਰਜਮਾਂ ਨੂੰ ਅਸੀਂ ਛੱਡਾਂਗੇ ਆਪਦੀ ਮਰਜ਼ੀ ਨਾਲ ਐ ਥੋੜੂ ਅਸੀਂ ਵੀ ਛੱਡ ਦਈਏ ਘਰ ਦੇ ਰਾਜ ਬਣਾ ਰੱਖਿਆ ਸਾਲਿਆਂ ਨੇ ਹੈਲੋ ਜਨਾਬ ਨਹੀਂ ਅਰੇ ਕਹਿ ਕੁਛ ਇੱਕ ਮਿੰਟ ਕਰ ਦਾ ਮਸਲਾ ਇੱਥੇ ਕਰ ਲਓ ਜਿਹੜੀ ਗੱਲ ਕਰਨੀ ਹੈ ਸਰਕਾਰ ਮੜ ਜਾ ਬਾਗ ਜੋ ਜੀ ਕਈ ਵਾਰ ਕੋਈ ਪਰਦੇ ਵਾਲੀ ਗੱਲ ਹੁੰਦੀ ਹੈ ਜੀ ਐ ਸਾਨੂੰ ਚੱਕ ਕੇ ਛਡਾਉਣ ਆ ਗਿਆ ਪਹਿਲਾਂ ਨਹੀਂ ਸੀ ਤੈਨੂੰ ਦੀਦਾ ਜਲੂਸ ਕੱਢਣਾ ਜ਼ਰੂਰੀ ਸੀਗਾ ਸਰ ਜੋ ਭੈਣ ਦੀ ਕੁਲਚਾ ਮਰਾਵੇ ਕਿਦਾ ਬੰਦਾ ਛਡਾਉਣ ਆਉਂਦਾ ਸਨ ਉਹ ਚੀਲੇ ਚੀਲੇ ਤੂੰ ਨੌ ਧਰ ਦਿੰਦਾ ਬਈ ਮੈਂ ਤਾਂ ਧਰਦਾ ਨਹੀਂ ਮੈਂ ਕਿਧਰ ਆਣਾ ਤਾਂ ਧਰਦੇ ਹੋਣਾ ਚੱਕ ਕੇ ਤੂੰ ਤਾਂ ਹੋਰ ਧਰਦੇ 100 200 ਬੰਦੇ ਦਾ ਪਿੰਡ ਚੋਂ ਮੈਂ ਵੀ ਤੇਰੀ ਦੀਗਾ ਤੇਰਾ ਤੂੰ ਗਾਹ ਕਰ ਦਿੰਦਾ ਤੂੰ ਸਾਨੂੰ ਬੁਲਾ ਰਿਹਾ ਤੂੰ ਚੀਲੇ ਰਿਕੁਐਸਟ ਵਾਲੀ ਗੱਲ ਨਹੀਂ ਬਸ ਕਰਦਾ ਮਸਲਾ ਹੈ ਦੇਖ ਲਓ ਜਨਾਬ ਬੱਚਿਆਂ ਤੋਂ ਗਲਤੀ ਹੋ ਗਈ ਸਨ ਅਸੀਂ ਪੁੱਛ ਪੜਤਾਲ ਕਰ ਲਈ ਸਾਰੀ ਹੈ ਕਿ ਜਵਾਕ ਤੋਂ ਕਦੇ ਭੁਲੇਖੇ ਨਾਲ ਗੋਲੀਆਂ ਪੈਗੀਆਂ ਓਏ ਐ ਨਹੀਂ ਮੈਂ ਪੂਰੀ ਆਪਦੀ ਇਨਕੁਆਇਰੀ ਕਰੂੰਗਾ ਫਿਰ ਕੋਈ ਗੱਲ ਸਿਰੇ ਲੱਗੂਗੀ ਕੋਈ ਹੋਰ ਹੱਲ ਕੱਢ ਲਓ ਜੀ ਅਸੀਂ ਕੁਛ ਨਹੀਂ ਕਹਿੰਦੇ ਜੀ ਦੇਖੋ ਅਸੀਂ ਆਪਦੇ ਕਣੀ ਅੰਗੂਠੇ ਲਾ ਕੇ ਦੇ ਦਾਂਗੇ ਜਿੱਥੇ ਤੁਸੀਂ ਕਹੋਗੇ ਵੀ ਅਸੀਂ ਭਾਈ ਉਹਦਾ ਕੇਸ ਵਾਪਸ ਲੈਂਦੇ ਹਾਂ ਆਪਦਾ ਐਂ ਅੰਗੂਠੇ ਲਾ ਕੇ ਘਰ ਦਾ ਹੀ ਰਾਜ ਹੈਗਾ ਤੂੰ ਕੋਈ ਬੰਦਾ ਪਾ ਵਿੱਚ ਵਿਚਾਲੇ ਬੰਦਾ ਜਨਾਬ ਆ ਤੁਹਾਡੀ ਮੁਲਾਜ਼ਮਤ ਹੈਗੀ ਤੁਹਾਡੇ ਮਹਿਕਮੇ 'ਚ ਹੀ ਕੰਮ ਕਰਦੇ ਇਹਦਾ ਨਹੀਂ ਕੰਮ ਚੱਲਦਾ ਇਹ ਸਾਡੀ ਸਰਕਾਰੀ ਮੁਲਾਜ਼ਮ ਹੈਗੀ ਨਾਲੇ ਜਨਾਨੀਆਂ ਦੀ ਕਾਹਦੀ ਜ਼ਿੰਮੇਵਾਰੀ ਹੁੰਦੀ ਹੈ ਕੋਈ ਹੋਰ ਠੋਸ ਬੰਦਾ ਪਾ ਠੋਸ ਬੰਦਾ ਕਿਹੜਾ ਪਾਵਾਂ ਜੀ ਸਾਡੇ ਪਿੰਡ ਵਾਲਾ ਸਰਪੰਚ ਪਾ ਲਾਂਗੇ ਓਏ ਨਹੀਂ ਨਹੀਂ ਇਹੋ ਜਿਹਾ ਬੰਦਾ ਨਹੀਂ ਉਹ ਬੰਦਾ ਪਾ ਜਿਹੜਾ ਮੈਨੂੰ ਵੀ ਜਾਣਦਾ ਹੋਵੇ ਅਤੇ ਤੈਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੋਵੇ ਤੇਰੀ ਨਿਗਾਹ 'ਚ ਹੈਗਾ ਨਹੀਂ ਕੋਈ ਉਹ ਕੋਈ ਨਹੀਂ ਆਪਾਂ ਕਰਦੇ ਹਾਂ ਗੱਲ ਉਹ ਹੈਗੇ ਮੁਨਸ਼ੀ ਸਾਹਿਬ ਹੈਗੇ ਨੇ ਮੁਨਸ਼ੀ ਦੀ ਮੰਨ ਲਓਗੇ ਤੁਹਾਡੀ
ਦੱਸਿਆ ਓਏ ਰਿਆ ਇੱਥੇ ਆ ਜਾ ਹੱਥ ਜੋੜ ਲੈ ਕੰਜੇ ਦੇ ਹੱਥ ਜੋੜ ਲੈ ਮੇਰੀ ਗੱਲ ਸੁਣ ਜਨਾਬ ਕਹਿੰਦੇ ਮੈਂ ਛੁਟਕਾਰਾ ਕਰ ਦੂੰ ਤੁਹਾਡਾ ਵੀ ਭਾਈ ਤੁਸੀਂ ਉਹ ਬੰਦਾ ਪਾ ਲਓ ਵਿੱਚ ਕਹਿੰਦਾ ਜਿਹੜੀ ਜਾਣ ਪਛਾਣ ਲਾ ਹੋਵੇ ਕੋਈ ਇਹੋ ਜਿਹਾ ਕਿਹੜਾ ਬੰਦਾ ਪਾਈਏ ਜੀ ਕੋਈ ਠੋਸ ਜਿਹਾ ਬੰਦਾ ਪਾਓ ਜਿਹੜਾ ਮੈਨੂੰ ਵੀ ਜਾਣਦਾ ਹੋਵੇ ਤੁਹਾਨੂੰ ਵੀ ਜਾਣਦਾ ਹੋਵੇ ਚੰਗੀ ਤਰ੍ਹਾਂ ਤੁਰਦੇ ਫਿਰਦੇ ਬੰਦੇ ਹੋ ਯਾਰ ਸਮਝਦੇ ਹੀ ਨਹੀਂ ਗੱਲ ਤੁਸੀਂ ਆ ਭਾਬੀ ਦੀ ਨਿਗਾਹ 'ਚ ਹੋਣਾ ਜੀ ਕੋਈ ਮੁਲਾਜ਼ਮ ਜਿਹੜਾ ਤੁਹਾਨੂੰ ਵੀ ਜਾਣਦਾ ਹੋਊ ਨਾਲੇ ਭਾਬੀ ਨੂੰ ਵੀ ਜਾਣਦਾ ਸਰਕਾਰੀ ਮੁਲਾਜ਼ਮ ਨਹੀਂ ਕੋਈ ਹੋਰ ਕਿਹੋ ਜਿਹਾ ਬੰਦਾ ਮੋਤਬਰ ਬੰਦਾ ਦੇਖੋ ਯਾਰ ਬਾਣੀਆਂ ਜਾਂ ਚਾਹੀਦੇ ਜਾਂ ਜਿਹੜਾ ਥਾਣੇ ਆਉਂਦਾ ਜਾਂਦਾ ਹੋਵੇ ਆਉਂਦਾ ਜਾਂਦਾ ਹੋਵੇ ਜਿਹੜਾ ਥਾਣੇ ਜੀ ਕੀ ਹੋ ਗਿਆ ਹੁਣ ਮੇਰਿਆ ਸਾਲਿਆ ਦੇਖ ਲਓ ਮੇਰੀ ਜਨਾਨੀ ਨੂੰ ਗਲਤ ਮਲਤ ਇਸ਼ਾਰੇ ਕਰਦਾ ਐ ਕਰੀ ਜਾਂਦਾ ਐ ਜਨਾਨੀ ਨੂੰ ਮੇਰੀ ਨੂੰ ਸ਼ਰਮੇ ਲਾ ਰੱਖੀ ਆ ਯਾਰ ਤੂੰ ਸ਼ਰਮੇ ਤਾਂ ਰੱਖੀ ਨੇ ਜਮੀ ਕਰ ਲੋ ਬੰਦ ਖਾਣੇ ਤੁਸੀਂ ਨਹੀਂ ਸੁਣਦੇ ਨੂੰ ਓਏ ਕਰਤਾ ਜਾ ਸੁਣਤਾ ਲੈ ਜਨਾਬ ਮੈਂ ਤੁਹਾਡੀ ਗੱਲ ਹੀ ਕਰਦਾ ਸੀਗਾ ਜੀ ਮੇਰੀ ਕੀ ਗੱਲ ਕਰਦਾ ਵਾ ਜਿਹੜਾ ਤੁਸੀਂ ਕਹਿੰਦੇ ਹੋ ਜੀ ਆਉਂਦਾ ਜਾਂਦਾ ਰਹੇ ਗਾਂਧੀ ਜੀ ਗੰਜਾ ਜਾ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਕਿਹੜਾ ਬੰਦਾ ਹੈ ਪੈਸੇ ਮੰਗਦਾ ਤੇਰਾ ਬਾਪ ਫੁੱਫੜ ਤੇਰਾ ਇਹ ਨਾਲੇ ਗੰਜਾ ਜਾ ਕਹੀ ਜੇ ਤੂੰ ਹੀ ਲਟਾ ਦੇ ਪੈਸੇ ਨੂੰ ਓਏ ਆਪਣੀ ਆੜਤੀ ਦੀ ਗੱਲ ਨਹੀਂ ਕਰਦਾ ਉਹ ਵੀ ਗੰਜਾ ਮੈਨੂੰ ਪਤਾ ਤੂੰ ਹੀ ਸਮਝਿਆ ਹੋਏਗਾ ਹਾਂ ਫਿਰ ਜੀਵਨ ਨੂੰ ਕਹਿੰਦਾ ਵੀ ਜੀਵਨ ਦੀ ਗਵਾਹੀ ਦੇ ਵੱਲ ਜੀਵਨ ਨੂੰ ਜਾਣਦਾ ਹੋਊਗਾ ਇਹ ਮਕਲਾਬਾ ਜਾਣਦਾ ਜੀਵਨ ਨੂੰ ਇਹ ਮੈਂ ਯਾਰ ਭੋਲਾ ਬੰਦਾ ਯਾਰ ਇਹ ਕਹਿੰਦਾ ਪੈਸੇ ਜਨਾਬ ਤੁਹਾਨੂੰ ਮੈਂ ਕਿਹਾ ਸੀ ਮੇਰੇ ਹਸਬੰਡ ਬਹੁਤ ਭੋਲੇ ਨੇ ਅੱਛਾ ਨਾ ਨਾ ਜੀ ਆਪਾਂ ਥਾਣੇ ਦੀ ਕਾਹਨੂੰ ਨਾ ਲੈਣਾ ਇਸ ਚੀਜ਼ ਦਾ ਗੰਜੇ ਬੰਦੇ ਪਹਿਲਾਂ ਕਹਿ ਕੇ ਚਾਹੀਦੇ ਨੇ ਕਿੰਨੇ ਕੁ ਚਾਹੀਦੇ ਨੇ ਜੀ ਦੇਖ ਜੇ ਤਾਂ ਪਿੰਕ ਗੁਲਾਬੀ ਜੇ ਰੰਗ ਵਾਲੇ ਨੇਗੇ ਹਾਂ ਫਿਰ ਤਾਂ ਲੈ ਆਈ 5-7 ਕ ਜੇ ਉਹ ਹਰੇ ਜੇ ਨੇ ਥੋੜੇ ਥੋੜੇ ਜੇ ਹਾਂ ਫੇਰ ਲੈ ਆਈ 10-15 ਸਰਜੂਗਾ ਜਨਾਬ ਥੋੜਾ ਮੇਰਾ ਵੀ ਲਿਆਜ ਕਰ ਲੋ ਗੰਜੇ ਬੰਦੇ ਤੁਹਾਨੂੰ ਪਤਾ ਕਿੰਨੇ ਆਗੇ ਥਾਣੇ ਦੇ ਜਨਾਬ ਜੀ ਸਾਡੇ ਵੀ ਘਰੇ ਮੁਲਾਜ਼ਮ ਨੇ ਜੀ ਮੜਾ ਦੇਖ ਲੋ ਜੀ ਘਰ ਦੀ ਗੱਲ ਹੈ ਜਨਾਬ 100 ਦਾ ਘਟਾਓ ਜੀ ਆਹੋ ਸੌਰੀ ਇੱਕ ਗੰਜਾ ਬੰਦ ਦਾ ਘਟਾਓ ਜੀ ਜਨਾਬ ਕਰ ਚੱਲ ਦੇਖ ਲੋ ਤੁਹਾਡੀ ਮਰਜ਼ੀ ਹੈ ਠੀਕ ਹੈ ਜਨਾਬ ਫਿਰ ਅਸੀਂ ਜਾਈਏ ਜੀ ਹੁਣ ਠੀਕ ਹੈ ਲਿਖਤ ਲੁਖਤ ਕਰਾਉਣੀ ਹੈ ਕੋਈ ਬੜੀ ਮੋਟੀ ਜੀ ਲਿਖਤ ਮੈਂ ਕਹਿ ਦਿੰਦਾ ਮੁਰਚੂ ਨੂੰ ਆਪੇ ਕਰ ਦੂਗਾ ਕਰਾ ਲਿਓ ਤੂੰ ਚੁੱਪ ਨਹੀਂ ਖੜਿਆ ਜਾਂਦਾ ਨਾ ਚਲੋ ਭਾਈ ਛੜਾ ਲਓ ਇਹਨਾਂ ਨੂੰ ਮਾਫੀ ਮੰਗ ਲੈ ਇੱਕ ਵਾਰੀ ਫੇਰ ਜਨਾਬ ਤੋਂ ਕਹਿ ਗਲਤੀ ਨਹੀਂ ਕਰਦੇ ਜੀ ਮੁੜ ਕੇ ਜਿਵੇਂ ਮੈਂ ਕਹੂੰਗਾ ਉਵੇਂ ਤੂੰ ਚੱਲੇਗਾ ਕਹਿ ਜਨਾਬ ਜੀ ਹਰ ਵਾਰੀ ਮੰਗੂ ਮੈਂ ਹੀ ਮਾਫੀ ਮੰਗਦਾ ਜੀ ਕਰਦਾ ਕੋਈ ਆ ਭੁਗਤਣੀਆਂ ਮੈਨੂੰ ਪੈਂਦੀਆਂ ਨੇ ਜੀ ਅੱਗੇ ਤੋਂ ਛੱਡਤਾ ਇਹਨਾਂ ਦੇ ਲਿਆਜ ਕਰਕੇ ਮੁੜ ਕੇ ਮੇਰੇ ਸਾਲਕੜੀ ਨੂੰ ਸਿੱਧਾ ਜੇਲ੍ਹ ਚ ਠੁਕੂੰਗਾ ਠੀਕ ਹੈ ਜੀ ਗਲਤੀ ਹੋ ਗਈ ਜੀ ਅੱਗੇ ਤੋਂ ਨਹੀਂ ਕਰਦਾ ਜੀ ਬੰਨੂਗਾ ਸਾਲੇ ਤੇ ਗਲਤੀ ਹੋ ਗਈ ਜੀ ਚਲੋ ਠੀਕ ਹੈ ਆ ਜਾ ਭਾਈ ਚਲੋ ਪ੍ਰੀਤਾ ਪਾਣੀ ਤੱਤਾ ਧਰ ਯਾਰ 5 ਦਿਨ ਹੋ ਗਏ ਨਾ ਤੈਨੂੰ ਸੱਚੀ ਨਾ ਮੈਂ ਕੱਪੜੇ ਬਦਲੇ ਅਗਿਆ ਪਿਆ ਯਾਰ ਵਧੀਆ ਮੈਂ ਤਾਂ ਪਾਣੀ ਤੱਤਾ ਬਾਅਦ ਚ ਪਹਿਲਾਂ ਬਾਅਦ ਚ ਨਹੀਂ ਪਈ ਮੇਰੇ ਨਾਲ 2 ਗੱਲਾਂ ਕਲੀਅਰ ਕਰ ਲਾਉਂਦੀਆਂ ਠੀਕ ਹੈ ਮੇਰੇ ਨਾਲ ਕਲੀਅਰ ਕਰ ਲਓ ਭਾਈ ਆਪਦੀਆਂ ਗੱਲਾਂ ਬਾਤਾਂ ਮੈਂ ਇੱਥੋਂ ਨਹੀਂ ਭਾਈ ਰੋਜ਼ ਕੰਜਰਖਾਨਾ ਤੁਸੀਂ ਆਪਦੇ ਖੜੇ ਹੋ ਤੇਰਾ ਸਾਲਾ ਖੜਿਆ ਜਿਹਨੂੰ ਸਭ ਤੋਂ ਵੱਧ ਸਮਝਦਾਰ ਸਮਝ ਕੀ ਰਹਿ ਗਿਆ ਹੁਣ ਦੱਸ ਦੇ ਹਾਂ ਦੱਸ ਦੇ ਕੀ ਕਲੀਅਰ ਕਰੀਏ ਤੇਰਾ ਕਰਦਾ ਭੈਣ ਚੋਦਾ ਕੋਈ ਨਾ ਕੋਈ ਬਾਂ ਸੜੀ ਰਹਿੰਦਾ ਹੈਗਾ ਮੇਰੀ ਗੱਲ ਸੁਣ ਲੈ ਭਾਈ ਮੈਂ ਤਾਂ ਅੱਡ ਹੋਊਂਗਾ ਮੇਰੀ ਛੁੱਟੇ ਰਹਿੰਦਾ ਆਪਦਾ ਮੈਂ ਤਾਂ ਇੱਧਰ ਚੁੱਲਾ ਰੋਟੀ ਟੁੱਕ ਅੱਡ ਕਰਿਆ ਕਰੂ ਓਏ ਅੱਡ ਹੋ ਗਏ ਪਹਿਲਾਂ ਤਾਂ ਕੀ ਲੱਲਰ ਲਾਤੇ ਯਾਰ ਪਹਿਲਾਂ ਮੈਨੂੰ ਛੱਡ ਛੱਡ ਨੂੰ ਅੱਡ ਕਰਦਾ ਫਿਰਦਾ ਸੀ ਹੈ ਹੁਣ ਮੇਰਾ ਵਿਆਹ ਹੋ ਗਿਆ ਹੁਣ ਭਾਈ ਅਸੀਂ ਅੱਡ ਰਹਾਂਗੇ ਸਾਨੂੰ 1 ਸਵਾ ਦੇ ਦਿਓ ਆਪਦੀ ਤੁਸੀਂ ਆਪਦਾ ਸਾਮੋ ਸਾਰਾ ਕੁਝ ਇੱਧਰ ਆਪਦਾ ਆੜਤੀ ਵਾਲੇ ਪੈਸੇ ਸਾਰੇ ਮੇਰੇ ਤੂੰ ਮਾਣ ਵੀ ਆ ਭੈਂਦੀ ਪਹਿਲਾਂ ਤੂੰ ਕਹਿੰਦੀ ਜ਼ਮੀਨ ਮੇਰੀ ਆ ਹੁਣ ਤੂੰ ਆੜਤੀ ਵਾਲੇ ਪੈਸਿਆਂ ਤੇ ਆ ਗਿਆ ਤੁਹਾਡਾ ਨਹੀਂ ਸਿਆਪਾ ਮੁੱਕਦਾ ਹੈਗਾ ਹੈ ਆ ਤੇਰੀ ਜਨਾਨੀ ਆਏ ਬਿੰਦੇ ਤੇ ਦਬਕੇ ਮਾਰਦੇ ਸਾਨੂੰ ਮੈਂ ਤੇਲ ਪਾ ਕੇ ਮੱਚ ਜੂੰਗੀ ਫਿਰ ਮਾਰੂ ਕਿਹੜੀ ਔਖੀ ਹੋਈ ਹੈ ਕੀ ਕਰੇ ਯਾਰ ਭਾਈ ਮੈਂ ਨਹੀਂ ਤੇਰੀ ਜਨਾਨੀ ਰਹਿੰਦਾ ਸੀ ਨਹੀਂ ਰੱਖਦੇ 2 ਸਾਲ ਹੋ ਗਏ ਭੈਣ ਜੀ ਤੂੰ ਸੂਈ ਦੇ ਲੱਗੇ ਥਾਣੀ ਕੱਢ ਗਿਆ ਸਾਨੂੰ ਮੇਰੀ ਗੱਲ ਸੁਣ ਲੈ ਜਨਾਨੀ ਨੂੰ ਇਹ ਨੂੰ ਭਾਈ ਜਨਾਨੀ ਤੂੰ 4 ਦਿਨ ਜਾਵੇਂਗਾ ਆਪਦੇ ਇੱਥੇ ਕਪੈਨ ਕਪੂਨ ਜੇ ਤੇ ਇਹ ਕੱਲ ਘਰਾਂ ਨੂੰ ਕੁਛ ਕਰ ਲਿਆ ਇੱਥੇ ਨੂੜੀ ਦਾ ਮਰ ਜਾਾਂਗੇ ਸੀ ਪਰ ਮੈਂ ਵੀ ਤਾਂ ਹੁਣ ਜਾਣੀ ਆ ਬਾਹਰਲਾ ਦੇਖਣੀਆਂਗਾ ਫਿਰ ਤੁਸੀਂ ਪਹਿਲੀ ਲਾ ਕੇ ਖਾ ਲੈਂਦੇ ਸਾਡੇ ਨਾਲ ਅਗਲੀ ਤਾਂ ਹੁਣ ਔਖੀ ਵੀ ਕਰੂਗੀ ਆ ਕੁਛ ਅੱਜ ਜਾ ਤੇਰਾ ਸਾਲਾ ਇਹੋ ਜਿਹਾ ਸੰਦ ਰਲ ਰਿਹਾ ਇੱਥੇ ਜੱਸੇ ਮੈਂ ਤਾਂ ਤੇਰੇ ਨਾਲ ਇਹਨੂੰ ਵੀ ਨਾਲੇ ਲੈ ਜਾ ਦੇ ਮੈਂ ਤੈਨੂੰ ਭੈਣ ਚੋ ਕਿੱਥੇ ਸਾਂਭੂ ਲੈ ਜਾ ਭਰਾਵਾ ਮੈਂ ਤਾਂ ਆਪਣੇ ਤੂੜੀਆਂ ਵਿੱਚ ਪੈਣਾ ਜਾ ਕੇ ਮੇਰੀ ਗੱਲ ਸੁਣੋ ਯਾਰ ਤੂੰ ਐ ਕਰ ਦੀਦੀ ਨੂੰ ਲੈ ਜਾਈ ਤਿੰਨੇ ਰਹਿ ਜਾ ਕਰਕੇ ਮੈਂ ਭਾਬੀ ਲੈ ਪਈ ਜਾ ਕਰੂੰਗਾ ਮੇਰੇ ਸਾਲ ਦਾ ਬੌਲੇ ਕਰਕੇ ਕੀ ਕਰ ਲੈ ਛੜਾ ਲੋ ਦੇ ਭਰਾ ਨੂੰ ਹੋਰ ਆ ਤਾਂ ਭੈਣ ਦੇ ਯਾਰ ਨੇ ਇਹਨੇ ਸੂਲੀ ਟੰਗ ਰੱਖਿਆ ਮੈਨੂੰ ਮੇਰੀ ਗੱਲ ਸੁਣ ਲੈ ਭਾਈ ਠੀਕ ਹੈ ਜੇ ਤੂੰ ਆਪਦਾ ਜਾਵੇਂਗਾ
ਆ ਤੇਰੀ ਤੀਵੀਂ ਕੋਲੇ ਕੋਈ ਜ਼ਿੰਮੇਵਾਰ ਬੰਦਾ ਛੱਡ ਕੇ ਜਾਂ ਤੇਰੇ ਸਹੁਰੇ ਨੂੰ ਛੱਡ ਕੇ ਜਾਂ ਤੇਰੀ ਸੱਸ ਨੂੰ ਛੱਡ। ਤੂੰ ਮੇਰੀ ਬੰਦਿਆਂ ਵਾਂਗੂ ਗੱਲ ਸੁਣ ਲੈ, ਮੈਂ ਜਿੰਨਾ ਟਾਈਮ ਸੀਜ਼ਨ ਲਾ ਕੇ ਆਊਂਗਾ ਉਹਨਾਂ ਟਾਈਮ ਚੁੱਪ ਕਰਕੇ ਇਹਨੂੰ ਨਾਲ ਬਿਠਾ ਲਈ, ਠੀਕ ਆ? ਜਿਹੜੀ ਲੱਗਦੀ ਆ ਸਾਡੀ ਰੋਟੀ ਖਾ ਲਈ, ਇਹ ਤੋਂ ਬਾਅਦ ਮੈਂ ਤਾਂ ਆਪੀ ਹੱਲ ਕਰੂੰਗਾ। 15 ਦਿਨ ਬਾਅਦ ਆ ਜਾਊਂਗਾ ਮੈਂ, ਭਾਂਡੇ ਛਿੰਡੇ ਸਾਰਾ ਕੁਛ ਅੱਡ ਕਰ ਲਈ, 4 ਬੰਦੇ ਬੁਲਾ ਕੇ। ਪਹਿਲਾਂ ਵਾਲੇ ਨਾ ਬੁਲਾਈ, ਪਹਿਲਾਂ ਵਾਲੇ ਭੈਣ ਦੀ ਡੱਕਾ ਤਾਂ ਤੇਰੇ ਕਨੀ ਡੇਗੀ ਗਏ, ਮੈਨੂੰ ਕੀ ਛੁੱਛਣਾ ਦੇ ਕੇ ਗਏ ਨੇ ਉਹ? ਫਿਰ ਆਪਦਾ ਭਾਈ ਜ਼ਿੰਮੇਵਾਰ ਬੰਦਾ ਛੱਡ ਕੇ ਜਾ ਉਹਦਾ ਕੋਈ, ਅਸੀਂ ਨਹੀਂ ਰੱਖਦੇ। ਮੈਂ ਨਹੀਂ ਰਹਿਣਾ ਜੀ, ਮੇਰੀ ਸਰਕਾਰੀ ਨੌਕਰੀ ਹੈ, ਆਪੀ ਜ਼ਿੰਮੇਵਾਰ ਬੰਦਾ ਛੱਡ ਜੂੰਗਾ ਮੈਂ। ਮੇਰੇ ਵਾਲੇ ਸਹੁਰੇ ਨੂੰ ਰਹਿਦਾ ਕੰਮ, ਮੈਂ ਤੂੰ ਤੇਰੇ ਬਾਪ ਨੂੰ ਕਹਿ ਦੂੰਗਾ, ਉਹ ਲਾ ਜੂਗਾ ਉਹਦੇ 15 ਦਿਨ। ਚੱਲ ਸ਼ੁਕਰ ਹੈ, ਘਰ 'ਚ ਕੋਈ ਤਾਂ ਸਿਆਣਾ ਬੰਦਾ ਆਊਗਾ।